ਦੋਸਤੋ, ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਮੈਂ ਦੱਸਣਾ ਚਾਹਾਂਗਾ ਕਿ ਅੱਜ ਸਪੈਸ਼ਲ ਖਾਸ ਤੌਰ ਦੇ ਉੱਤੇ ਅਸੀਂ ਇੱਕ ਵੱਖਰਾ ਸ਼ੋਅ ਕਰ ਰਹੇ ਹਾਂ। ਔਰ ਇਹ ਸ਼ੋਅ ਜਿਹੜਾ ਅੱਜ ਦਾ ਹੈ, ਇਹ ਮਾਨਵਤਾ ਦਾ ਸ਼ੋਅ ਹੈ, ਕਿਉਂਕਿ ਭਾਵੇਂ ਕਿ ਅਸੀਂ ਰੈਗੂਲਰ ਅੱਜ ਦੇ ਦਿਨ ਇਸ ਮੌਕੇ ਦੇ ਉੱਤੇ ਲਾਅ ਦਾ ਸ਼ੋਅ ਕਰਦੇ ਹਾਂ, ਪਰ ਅੱਜ ਦੇ ਦਿਨ ਨੂੰ ਸਪੈਸ਼ਲ ਇਸ ਕਰਕੇ ਚੇਂਜ ਕੀਤਾ ਗਿਆ ਕਿ ਅੱਜ ਸਮੁੱਚੇ ਸੰਸਾਰ ਭਰ ਦੇ ਵਿੱਚ ਇੱਕੋ ਇੱਕ ਗੱਲ ਜਿਹੜੀ ਹੈ, ਇੱਕ ਮਜ਼ਹਬ ਨਹੀਂ ਸਾਰੇ ਮਜ਼ਹਬਾਂ ਦੇ ਵਿੱਚ ਇੱਕੋ ਇੱਕ ਗੱਲ ਜਾ ਰਹੀ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦਾ 550ਵਾਂ ਗੁਰਪੁਰਬ। ਔਰ ਮੈਂ ਸਮਝਦਾ ਕਿ ਜਦੋਂ ਇਸ ਤਰ੍ਹਾਂ ਦੇ ਓਕੇਜ਼ਨ, ਇਸ ਤਰ੍ਹਾਂ ਦੇ ਦਿਹਾੜੇ ਆਉਂਦੇ ਨੇ, ਤਾਂ ਉੱਥੇ ਇਹ ਗੱਲ ਬਹੁਤ ਵੱਡੇ ਪੱਧਰ ਦੇ ਉੱਤੇ ਹੋ ਕੇ ਨਿਕਲਦੀ ਹੈ ਕਿ 50-50 ਸਾਲਾਂ ਬਾਅਦ, ਚਾਹੇ 550ਵਾਂ ਹੋਵੇ, ਚਾਹੇ ਜਿਨ੍ਹਾਂ ਨੇ 500 ਵੇਖਿਆ, ਮੇਰੀ ਜ਼ਿੰਦਗੀ 'ਚ ਮੈਂ 500 ਸਾਲਾ ਗੁਰਪੁਰਬ ਨਹੀਂ ਦੇਖਿਆ, ਮੈਂ 550ਵਾਂ ਵੇਖ ਰਿਹਾ, ਪਰ ਮੇਰਾ ਖਿਆਲ ਨਹੀਂ ਕਿ ਮੈਂ 600ਵਾਂ ਵੀ ਵੇਖ ਸਕਾਂ। ਇਹ ਜ਼ਿੰਦਗੀ ਦੇ ਵਿੱਚ ਬਹੁਤ ਕਿਸਮਤ ਵਾਲਿਆਂ ਦੇ ਹਿੱਸੇ ਆਉਂਦਾ ਕਿ ਇਸ ਤਰ੍ਹਾਂ ਦੇ ਓਕੇਜ਼ਨ ਜਿਹੜੇ ਨੇ ਉਹ ਦੇਖਣੇ। ਪਿਛਲੇ ਲੰਬੇ ਸਮੇਂ ਤੋਂ ਇੱਕ ਸੰਸਥਾ, ਮਤਲਬ ਮੈਂ ਕਹਾਂਗਾ ਕਿ ਸੰਸਥਾ ਨਹੀਂ, ਉਹ ਮਨੁੱਖਾਂ ਦੀ ਕੜੀ ਹੈ, ਉਹ ਇੱਕ ਚੇਨ ਹੈ, ਔਰ ਉਹ ਗੁਰੂ ਨਾਨਕ ਪਾਤਸ਼ਾਹ ਦੀ ਨਾਮ ਲੇਵਾ ਸੰਗਤ ਦੀ ਉਸ ਕੜੀ ਦੇ ਵਿੱਚ ਹਰ ਮਜ਼ਹਬ ਦੇ ਲੋਕ, ਈਵਨ ਸਿੰਧੀਆਂ ਤੱਕ ਵੀ ਉਹ ਜਿਹੜੇ ਨੇ ਉਹ ਇਕੱਠੇ ਹੋ ਜਾਂਦੇ ਨੇ। ਔਰ ਇੱਕੋ ਇੱਕ ਗੁਰੂ ਘਰ ਜਿਹੜਾ ਕਿ ਮੈਂ ਸਮਝਾਂਗਾ ਕਿ ਮੈਨਹਾਟਨ ਦੀ ਬੁੱਕਲ ਦੇ ਵਿੱਚ ਵਸਿਆ ਹੋਇਆ, ਗੁਰਦੁਆਰਾ ਨਾਨਕ ਨਾਮ ਜਹਾਜ਼, ਜਰਸੀ ਸਿਟੀ, ਔਰ ਉਸ ਜਗ੍ਹਾ ਦੇ ਉੱਤੇ ਹਰ ਸਾਲ ਇੱਕ ਖਾਸ ਜਿਹੜਾ ਪ੍ਰੋਗਰਾਮ ਹੈ ਉਹ ਕਰਵਾਇਆ ਜਾਂਦਾ। ਔਰ ਉਹ ਪ੍ਰੋਗਰਾਮ ਦੇ ਵਿੱਚ ਮੈਂ ਇਹ ਸਮਝਾਂਗਾ ਕਿ ਉੱਥੇ ਇਹ ਨਹੀਂ ਕਿ ਉਸ ਪ੍ਰੋਗਰਾਮ ਨੂੰ ਔਰਗੇਨਾਈਜ਼ ਕਰਨ ਵਾਸਤੇ ਕੌਣ ਲੋਕ ਹੁੰਦੇ ਨੇ, ਉਸ ਪ੍ਰੋਗਰਾਮ ਨੂੰ ਔਰਗੇਨਾਈਜ਼ ਕਰਨ ਵਾਲੇ ਜਿਹੜੇ ਨੇ ਉਹ ਮੈਂ ਸਮਝਾਂਗਾ ਕਿ 15-12 ਸਾਲ ਤੋਂ ਲੈ ਕੇ 50-50 ਸਾਲ ਦੇ ਬੰਦੇ ਵੀ ਉਸ ਨੂੰ ਔਰਗੇਨਾਈਜ਼ ਕਰਨ ਵਾਲੇ ਹੁੰਦੇ ਨੇ। ਮੈਨਹਾਟਨ ਦੀ ਜਿੰਨੀ ਪੰਜਾਬੀ ਜਾਂ ਇੰਡੀਅਨ ਡਾਇਓਸਪੋਰਾ ਦੀ IT ਕੰਪਨੀਆਂ ਦੇ ਵਿੱਚ ਜਾਂ ਵੱਡੀਆਂ ਕੰਪਨੀਆਂ ਦੇ ਵਿੱਚ ਕੰਮ ਕਰਦੇ ਨੌਜਵਾਨ ਹੈ, ਉਹਨਾਂ ਨੂੰ ਵੀ ਉਹ 2-3 ਦਿਨ ਜਿਹੜੇ ਨੇ ਉਹ ਭੁੱਲ ਜਾਂਦੇ ਆ ਕਿ ਸਾਡਾ ਕੋਈ ਹੋਰ ਮਕਸਦ ਹੈ। ਉਹ ਮਕਸਦ ਸ਼ੁਰੂ ਹੋਇਆ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੇ 20 ਰੁਪਈਆਂ ਦੇ ਸੱਚੇ ਸੌਦੇ ਤੋਂ, ਕਿ ਜਿਨ੍ਹਾਂ ਨੇ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਸੀ। ਔਰ ਇਹੀ ਕੰਸੈਪਟ ਅੱਜ ਤੋਂ ਮੈਂ ਸਮਝਾਂਗਾ ਕਿ 7 ਵਰੇ ਪਹਿਲਾਂ ਜਦੋਂ ਉੱਥੇ ਚੇਤਨ ਬੁੱਧੀ ਸਿੱਖਾਂ ਦੇ ਮਨ ਦੇ ਵਿੱਚ ਇਹ ਗੱਲ ਆਈ ਕਿ ਅਸੀਂ ਕਿੱਥੇ ਬੈਠੇ ਹਾਂ, ਅਸੀਂ ਗੁਰੂ ਘਰਾਂ ਦੇ ਵਿੱਚ ਕੀ ਕਰਦੇ ਹਾਂ, ਅਸੀਂ ਕੋਈ ਨਾ ਕੋਈ ਇਹ ਕੰਮ ਕਰੀਏ, ਨਾਲ ਦੀ ਨਾਲ ਦੂਜੀਆਂ ਕਮਿਊਨਿਟੀਆਂ ਦੇ ਵਿੱਚ ਸਾਡੀ ਅਪਰੋਚ ਆਏਗੀ, ਕੁਛ ਹੋਰ ਨਹੀਂ ਜਾਏਗਾ, ਅਤੇ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਉਹਨਾਂ ਲੋਕਾਂ ਦੇ ਦਿਲਾਂ ਵਿੱਚ ਜ਼ਰੂਰ ਜਾਏਗਾ। ਪਰ ਮੈਂ ਸਮਝਾਂਗਾ ਕਿ ਛੋਟੀ ਜਿਹੀ ਚੰਗਿਆੜੀ ਜਿਹੜੀ ਹੈ, ਜੇਕਰ ਸੱਚੇ ਦਿਲ ਨਾਲ ਜਗਾਈ ਹੋਵੇ, ਤਾਂ ਉਹ ਭਾਂਬੜ ਕਿਵੇਂ ਬਣਦੀ ਹੈ ਜਾਂ ਭਾਂਬੜ ਵਾਂਗੂ ਕਿਵੇਂ ਉਹ ਬਲ ਜਾਂਦੀ ਹੈ, ਫੈਲਦੀ ਹੈ, ਇਹ ਮੇਰਾ ਖਿਆਲ ਹੈ ਕਿ ਮਹਾਰਾਜ ਦਾ ਆਪਣਾ ਪ੍ਰਤਾਪ ਹੁੰਦਾ ਹੈ। ਔਰ 2012 ਦੇ ਵਿੱਚ ਲੈਟਸ ਸ਼ੇਅਰ ਦਾ ਮੀਲ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਔਰ ਇਹ ਗੁਰਦੁਆਰਾ ਨਾਨਕ ਨਾਮ ਜਹਾਜ਼ ਜਰਸੀ ਸਿਟੀ ਤੋਂ ਸ਼ੁਰੂ ਕੀਤਾ ਗਿਆ, ਜਿੱਥੇ ਮੈਂ ਸਮਝਾਂਗਾ ਕਿ ਪਹਿਲੀ ਵਾਰੀ ਕੋਈ 1000-2000 ਲੋਕਾਂ ਨੂੰ ਭੋਜਨ ਛਕਾਇਆ ਗਿਆ, ਉਹਨਾਂ ਲੋਕਾਂ ਨੂੰ ਭੋਜਨ ਛਕਾਇਆ ਗਿਆ, ਉਹਨਾਂ ਲੋਕਾਂ ਨੂੰ ਗੁਰੂ ਕਾ ਲੰਗਰ ਛਕਾਇਆ ਗਿਆ ਜਿਹੜੇ ਲੋਕ ਜ਼ਰੂਰਤਮੰਦ ਨੇ। ਔਰ ਉਸ ਜਗ੍ਹਾ ਦੇ ਉੱਤੇ ਕੰਸੈਪਟ ਇਹ ਰੱਖਿਆ ਗਿਆ ਕਿ ਅੱਜ ਅਸੀਂ ਬਕਾਇਦਾ ਤੌਰ ਦੇ ਉੱਤੇ ਪੰਜਾਬ ਦੀ ਪਿੱਤਰੀ ਭੂਮੀ ਦੇ ਉੱਤੇ ਆ ਵਸੇ ਹਾਂ, ਪਰ ਅਸੀਂ ਉਹਨਾਂ ਥਾਵਾਂ ਦੇ ਉੱਤੇ ਆਪਣਾ ਦਾਲ ਫੁਲਕਾ ਨਹੀਂ ਲਿਜਾ ਸਕਦੇ। ਬਕਾਇਦਾ ਤੌਰ ਦੇ ਉੱਤੇ ਜੋ ਸਿਟੀ ਐਂਡ ਫੂਡ ਡਿਪਾਰਟਮੈਂਟ ਦੀਆਂ ਜਿਹੜੀਆਂ ਲਿਮੀਟੇਸ਼ਨਸ ਹੁੰਦੀਆਂ ਨੇ, ਉਹਨਾਂ ਨੂੰ ਪ੍ਰੋਪਰ ਢੰਗ ਨਾਲ ਗਾਈਡ ਕਰਕੇ ਇੱਕ ਐਡੇ ਇੱਕ ਸਾਫ਼ ਸੁਥਰੇ ਢੰਗ ਨਾਲ ਉਹ ਚੀਜ਼ ਸ਼ੁਰੂ ਕੀਤੀ ਗਈ, ਲੈਟ ਸ਼ੇਅਰ ਦਾ ਮੀਲ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸ਼ੈਲਟਰਸ ਦੀ ਬੁਕਿੰਗ ਕੀਤੀ ਗਈ। ਇਹ ਮਾਰਕ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਨਿਊ ਜਰਸੀ ਦੇ ਵਿੱਚ ਕਿੰਨੇ ਸ਼ੈਲਟਰ ਨੇ, ਕਿੱਥੇ ਕਿੱਥੇ ਜਾਣਾ ਹੈ, ਔਰ ਕਿੰਨੀਆਂ ਟੀਮਾਂ ਬਣਨੀਆਂ ਨੇ ਜਿਨ੍ਹਾਂ ਨੇ ਲੰਗਰ ਜਿਹੜਾ ਹਰ ਜਗ੍ਹਾ ਦੇ ਉੱਤੇ ਪਹੁੰਚਾਉਣਾ। ਪਹਿਲਾਂ ਸ਼ੈਲਟਰ ਦੀ ਮਨਜ਼ੂਰੀ, ਕਿੰਨੇ ਬੰਦੇ ਨੇ, ਕਿਸ ਢੰਗ ਦਾ ਲੰਗਰ ਹੈ, ਕਿਹੜੇ ਟਾਈਮ ਦੇ ਉੱਤੇ ਜਾਣਾ, ਕਿਉਂਕਿ ਇਹ ਅੱਗੇ ਤੋਂ ਅੱਗੇ ਕਾਫਲਾ ਜਿਹੜਾ ਉਹ ਵੱਧਦਾ ਗਿਆ। ਅੱਜ ਮੇਰਾ ਖਿਆਲ ਹੈ ਕਿ ਗਿਣਤੀ ਹਜ਼ਾਰਾਂ ਨਾਲੋਂ ਵੱਧ ਪੁੱਜ ਚੁੱਕੀ ਹੈ ਕਿ ਕਿੰਨੇ ਸੈਂਕੜੇ ਜਿਹੜੇ ਨਿਊਯਾਰਕ, ਔਰ ਨਿਊਜਰਸੀ ਤੋਂ ਬਾਅਦ ਨਿਊਯਾਰਕ ਵੀ ਐਡ ਹੋ ਗਿਆ, ਔਰ ਨਿਊਜਰਸੀ ਔਰ ਨਿਊਯਾਰਕ ਦੇ ਜਿਹੜੇ ਸ਼ੈਲਟਰ ਨੇ ਉਹਨਾਂ ਦੇ ਵਿੱਚ ਸਵੇਰ ਨੂੰ ਕਿੰਨੀਆਂ ਟੀਮਾਂ ਨੇ, ਜੇ 20 ਟੀਮਾਂ ਨੇ ਤਾਂ 20 ਸ਼ੈਲਟਰਸ ਦੇ ਵਿੱਚ ਸਵੇਰੇ ਜਾ ਰਹੇ ਆ, ਉਸ ਤੋਂ ਬਾਅਦ ਕਿੰਨੇ ਘੰਟਿਆਂ ਦੇ ਵਕਫੇ ਨਾਲ
ਦੂਜਾ ਫੂਡ ਡਿਲੀਵਰ ਕੀਤਾ ਜਾ ਰਿਹਾ, ਦੁਪਹਿਰ ਦਾ ਖਾਣਾ ਕਿੰਨੇ ਵਜੇ ਡਿਲੀਵਰ ਕੀਤਾ ਜਾ ਰਿਹਾ, ਸ਼ਾਮ ਦਾ ਖਾਣਾ ਕਿਹੜੀ ਕਿਹੜੀ ਜਗ੍ਹਾ ਡਿਲੀਵਰ ਕੀਤਾ ਜਾ ਰਿਹਾ। ਮਤਲਬ ਮੈਂ ਉਸ ਕੰਸੈਪਟ ਤੋਂ ਹੈਰਾਨ ਸੀ ਕਿ ਉਸ ਕਾਰਵਾਂ ਦੇ ਵਿੱਚ, ਉਸ ਕਾਫਲੇ ਦੇ ਵਿੱਚ ਲੋਕ ਜਿਹੜੇ ਸੀ ਲੈਟਸ ਸ਼ੇਅਰ ਮੀਲ ਕਾਫਲੇ ਦੇ ਵਿੱਚ ਆਪ ਜੁੜਦੇ ਗਏ। ਅੱਜ ਉਹ ਲੈਟਸ ਸ਼ੇਅਰ ਮੀਲ ਪ੍ਰੋਗਰਾਮ ਜਿਹੜਾ ਨਾਨਕ ਨਾਮ ਜਹਾਜ਼ ਜਰਸੀ ਸਿਟੀ ਗੁਰਦੁਆਰੇ ਤੋਂ ਸਰਦਾਰ ਓਂਕਾਰ ਸਿੰਘ ਵਰਗਿਆਂ ਦੀ ਚੇਤਨਤਾ, ਮਨ ਦੀ ਚੇਤਨਤਾ, ਸਧਾਰਨਤਾ ਅਤੇ ਉਹਨਾਂ ਦਾ ਆਪਸੀ ਭਾਈਚਾਰਾ, ਨੌਜਵਾਨਾਂ ਦੇ ਨਾਲ ਮੇਲਜੋਲ, ਨੌਜਵਾਨਾਂ ਨਾਲ ਮੁਹੱਬਤ ਦਾ ਕਾਫਲਾ ਅੱਜ ਏਡਾ ਕੁ ਵਧਿਆ ਕਿ ਜਿਹੜਾ ਲੰਗਰ ਹਾਲ ਹੁੰਦਾ ਸਿਰਫ ਉੱਥੇ ਬੈਠਣ ਅਤੇ ਖੜ੍ਹਨ ਦੀ ਜਗ੍ਹਾ ਨਹੀਂ ਹੁੰਦੀ, 3 ਦਿਨ ਬੱਚੇ ਜਿਹੜੇ ਨੇ ਉਹ ਪੈਕਿੰਗ ਕਰੀ ਜਾਂਦੇ ਨੇ, ਵੱਖ ਵੱਖ ਤਰ੍ਹਾਂ ਦੇ ਫੂਡ, ਵੱਖ ਵੱਖ ਤਰ੍ਹਾਂ ਦੇ ਖਾਣੇ ਪੈਕਡ ਜਿਹੜੇ ਆ ਉਹ ਸ਼ੈਲਟਰਸ ਡਿਲੀਵਰ ਕਰਦੇ ਆ। ਔਰ ਇਸ ਵਾਰ 550ਵੀਂ ਗੁਰਪੁਰਬ ਨੂੰ ਸਮਰਪਿਤ 17 ਅਤੇ 18 ਤਰੀਕ ਨੂੰ 2 ਦਿਨ ਇਹ ਬਹੁਤ ਵੱਡਾ ਪ੍ਰੋਗਰਾਮ ਜਿਹੜਾ ਆ ਐਤਕੀ ਇਸ ਨੇ ਮਾਈਲਸਟੋਨ ਆਪਣੇ ਜਿਹੜੇ ਨੇ ਉਹ ਤੋੜਨੇ ਨੇ। ਔਰ ਉਸ ਪ੍ਰੋਗਰਾਮ ਦੀ ਰੂਪਰੇਖਾ ਵਾਸਤੇ ਮੈਂ ਸਮਝਾਂਗਾ ਕਿ ਅੱਜ ਉਸੇ ਗੁਰੂ ਘਰ ਤੋਂ ਔਰ ਬਹੁਤ ਚੇਤਨ ਬੁੱਧੀ ਉਸ ਔਰਗੇਨਾਈਜੇਸ਼ਨ ਨਾਲ, ਉਹ ਔਰਗੇਨਾਈਜੇਸ਼ਨ ਤਾਂ ਹਿਊਮਨ ਕੜੀ ਹੈ, ਜਸਟ ਲੈਟ ਸ਼ੇਅਰ ਦਾ ਮੀਲ ਨਾਂ ਰੱਖਿਆ ਗਿਆ। ਔਰ ਮੈਂ ਸਮਝਾਂਗਾ ਕਿ ਇਸ ਵਰੇ ਦੁਨੀਆ ਦੇ ਦੂਰ ਦੁਰਾਡੇ ਥਾਵਾਂ ਦੇ ਉੱਤੇ ਲੈਟ ਸ਼ੇਅਰ ਮੀਲ ਦਾ ਇੱਕ ਜਿਹੜਾ ਸਲੋਗਨ ਹੈ ਉਹ ਆਪਣੇ ਆਪ ਲੋਕ ਮਨਾਂ ਦੇ ਵਿੱਚ ਵਸ ਜਾਵੇਗਾ। ਅੱਜ ਸਾਡੇ ਕੋਲ 17 ਅਤੇ 18 ਨਵੰਬਰ ਜਿਹੜਾ ਕਿ ਐਤਵਾਰ ਅਤੇ ਸ਼ਨੀਵਾਰ 2 ਦਿਨ ਪੈਂਦੇ ਨੇ, ਔਰ ਉੱਥੇ ਵਲੰਟੀਅਰ ਕਰਨ ਵਾਸਤੇ ਵੀ ਜ਼ਰੂਰ ਪਹੁੰਚੋ। ਅਤੇ ਨਾਲ ਦੀ ਨਾਲ ਮੈਂ ਸਮਝਾਂਗਾ ਕਿ 7ਵੇਂ ਇਸ ਐਨੂਅਲ ਲੈਟ ਸ਼ੇਅਰ ਦਾ ਮੀਲ ਪ੍ਰੋਗਰਾਮ ਦੀ ਰੂਪਰੇਖਾ ਨੂੰ ਜਾਣਨ ਵਾਸਤੇ ਸਾਡੇ ਕੋਲ ਅੱਜ 2 ਸਾਡੇ ਨੌਜਵਾਨ ਭਰਾ ਜਿਹੜੇ ਨੇ ਉਸ ਆਰਗੇਨਾਈਜੇਸ਼ਨ ਦੇ ਨਾਲ ਸੰਬੰਧਿਤ, ਉਸ ਕਾਰਵਾਂ ਨਾਲ ਸੰਬੰਧਿਤ, ਉਸ ਕਾਫਲੇ ਨਾਲ ਸੰਬੰਧਿਤ ਅੱਜ ਤਸ਼ਰੀਫ ਲੈ ਕੇ ਆਏ ਨੇ। ਔਰ ਮੈਨੂੰ ਹੈਰਾਨੀ ਹੋ ਰਹੀ ਹੈ ਅੱਜ ਕਿ ਮੈਂ ਕਿਹਦਾ ਕਿਹਦਾ ਨਾਂ ਲਵਾਂ, ਪਰ ਮੈਨੂੰ ਅੱਜ ਇੱਕੋ ਹੀ ਨਾਂ ਲੈਣਾ ਪੈਣਾ ਵੀ ਸਰਦਾਰ ਜਸਵਿੰਦਰ ਸਿੰਘ ਔਰ ਸਰਦਾਰ ਜਸਵਿੰਦਰ ਸਿੰਘ, ਦੋਨੋਂ ਹੀ ਜਸਵਿੰਦਰ ਸਿੰਘ ਨੇ। ਜਸਵਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜਸਵਿੰਦਰ ਸਿੰਘ ਜੀ, ਪਹਿਲਾਂ ਤਾਂ ਤੁਸੀਂ, ਮੈਂ ਇਹ ਕਹਾਂਗਾ ਜਸਵਿੰਦਰ ਸਿੰਘ 1 ਜੀ, ਠੀਕ ਹੈ ਨਾ ਜੀ। ਜਸਵਿੰਦਰ ਸਿੰਘ 1 ਜੀ, ਮੈਨੂੰ ਇਹ ਦੱਸੋ ਕਿ ਜਦੋਂ 2012 ਦੇ ਵਿੱਚ ਸ਼ੁਰੂ ਕੀਤਾ ਅਤੇ ਉਦੋਂ ਤਾਂ ਬੜਾ ਥੋੜ੍ਹਾ ਸੀ ਹਲੇ, ਪਹਿਲਾ ਮੌਕਾ ਸੀ, ਪਿਛਲੇ ਵਰੇ ਇਹ ਕਿੱਥੇ ਕਿੰਨੇ ਸ਼ੈਲਟਰਸ ਹਿੱਟ ਕੀਤਾ ਪ੍ਰੋਗਰਾਮ ਨੇ? ਪਿਛਲੇ ਸਾਲ ਕਰੀਬ ਸਾਡੇ 13,000 ਮਤਲਬ ਕਿ ਪ੍ਰਾਣੀਆਂ ਨੂੰ ਅਸੀਂ ਲੰਬੇ ਚੁਕਾਇਆ ਸੀਗਾ। ਤਾਂ ਨਿਊ ਜਰਸੀ ਦੇ ਵਿੱਚ ਤਾਂ ਜੋ ਟ੍ਰਾਈਸਟੇਟ ਏਰੀਆ ਹੈਗਾ ਜਿਹੜਾ, ਉਹਦੇ ਵਿੱਚ ਕਰੀਬ 66 ਸ਼ੈਲਟਰ ਸੀਗੇ, ਜਿਹਦੇ ਵਿੱਚ ਓਲਡ ਏਜ ਹੋਮ, ਕਰੈਕਸ਼ਨਲ ਫੈਸਿਲਿਟੀਜ਼ ਜਿਹੜੀ ਹੁੰਦੀਆਂ ਹੈਗੀਆਂ, ਜੇਲ੍ਹ ਲੰਗੇ ਜਿਹੜੇ ਕਹਿੰਦੇ ਆ, ਰਾਈਟ, ਕਿਉਂਕਿ ਉਹਨਾਂ ਨੂੰ ਕਿਸ ਤਰੀਕੇ ਦਾ ਫੂਡ ਮਿਲਦਾ ਉਹਨਾਂ ਨੂੰ ਮਤਲਬ ਕਿ ਉਹ ਬੜੇ ਅਪਰੀਸ਼ੀਏਟਿਵ ਹੁੰਦੇ ਇਹ ਗੱਲ ਆਪਣੇ ਆਪ ਦੇ ਵਿੱਚ ਗੱਲ ਹੈ। ਤਾਂ ਇਸੇ ਗੱਲਾਂ 66 ਕਰੀਬ ਸ਼ੈਲਟਰ ਸੀਗੇ ਇੱਥੇ, ਤਾਂ ਬਾਕੀ ਜਿਹੜੇ ਦੂਜੇ ਸ਼ਹਿਰਾਂ ਦੇ ਵਿੱਚ ਵੀ ਜਿੱਥੇ ਇੱਥੇ ਜਿਹੜੇ ਸਿੰਘ ਹੈਗੇ ਆ ਜਿਨ੍ਹਾਂ ਨੇ, ਤਾਂ ਗੁਰਦੁਆਰੇ ਹੈਗੇ ਜਿਨ੍ਹਾਂ ਨੇ ਇਹ ਪ੍ਰੋਗਰਾਮ ਨੂੰ ਇੱਕ ਸਿੱਖੀ ਇਨੀਸ਼ੀਏਟਿਵ ਦੇ ਤਰੀਕੇ ਨਾਲ ਅਡੋਪਟ ਕਰ ਲਿਆ ਹੈਗਾ, ਤਾਂ ਉਹਨਾਂ ਨੇ ਕਾਫੀ ਸਾਰੀ ਜਗ੍ਹਾ 'ਚ, ਕਾਫੀ ਸਾਰੇ ਸ਼ਹਿਰਾਂ ਦੇ ਵਿੱਚ ਵੀ ਮਤਲਬ ਕਿ ਕੀਤਾ ਗਿਆ। ਠੀਕ ਹੈ, ਤੁਸੀਂ ਮੈਨੂੰ ਦੱਸੋ ਭਾਈ ਸਾਹਿਬ ਕਿ ਕਿਸ ਢੰਗ ਦੇ ਨਾਲ ਜਿਹੜੇ ਆ ਉਹ, ਕਿਉਂਕਿ ਮੈਂ ਸਮਝਾਂਗਾ ਕਿ ਇਸ ਆਈਡੀਏ ਨੂੰ ਹੋਰ ਅਸੀਂ ਥਾਵਾਂ ਦੇ ਉੱਤੇ ਵੀ ਸ਼ੇਅਰ ਕਰੀਏ, ਕਿ ਕਿਸ ਢੰਗ ਦੇ ਨਾਲ ਅਸੀਂ ਚੂਜ਼ ਕਰਦੇ ਹਾਂ ਕਿ ਕਿਹੜੇ ਕਿਹੜੇ ਸ਼ੈਲਟਰ ਦੇ ਵਿੱਚ ਜਾਣਾ, ਫਿਰ ਉਹਨਾਂ ਨਾਲ ਕੁਨੈਕਸ਼ਨ ਹੁੰਦਾ, ਫਿਰ ਉਹਨਾਂ ਨੂੰ ਦੱਸਿਆ ਜਾਂਦਾ, ਫਿਰ ਉਹ ਖਾਣੇ ਦੀ ਵੇਟ ਵੀ ਕਰਦੇ ਆ, ਫਿਰ ਉਹ ਟਾਈਮ ਜਿਹੜਾ ਦਿੱਤਾ ਹੁੰਦਾ ਟਾਈਮ ਦੇ ਉੱਤੇ ਗੱਡੀਆਂ ਜਿਹੜੀਆਂ ਨੇ ਉਹ ਪਹੁੰਚਦੀਆਂ ਨੇ, ਕਿਸ ਤਰ੍ਹਾਂ ਸਿਲੈਕਸ਼ਨ ਹੁੰਦੀ ਹੈ ਸ਼ੈਲਟਰਸ ਦੀ? ਸੋ ਕੇਸ ਬੇਸਿਕਲੀ ਸਾਰੇ ਲਾਈਕ ਤੁਸੀਂ ਪਹਿਲਾਂ ਵੀ ਕੀਤਾ, 2012 ਤੋਂ ਅਸੀਂ ਇਹ ਕਰਦੇ ਆ ਰਹੇ ਹਾਂ, ਅਤੇ ਸਾਡੇ ਕੋਲ ਆਲਰੇਡੀ ਕਾਫੀ ਵੱਡਾ ਇੱਕ ਡੇਟਾਬੇਸ ਟਾਈਪ ਹੈਗਾ ਆਲਰੇਡੀ ਹੈਗਾ, ਅਤੇ ਸਨ ਆਲਰੇਡੀ ਕਨੈਕਸ਼ਨਸ ਹੈਗੇ ਜੋ ਲੋਕ ਉਹਨਾਂ ਨੂੰ ਆਲਰੇਡੀ ਕੋਂਟੈਕਟ ਕਰਦੇ ਹਰ ਸਾਲ, ਅਤੇ ਪਹਿਲਾਂ ਹੁੰਦਾ ਸੀ ਸਾਨੂੰ ਪਹਿਲਾਂ ਰੀਚ ਆਊਟ ਕਰਨਾ ਪੈਂਦਾ ਸੀ, ਹੁਣ ਅੱਧੇ ਤੋਂ ਜ਼ਿਆਦਾ ਸਾਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਇਨ ਸ਼ੈਲਟਰਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਨਵੰਬਰ ਆ ਰਿਹਾ ਹੈ, ਅਤੇ ਇਹਨਾਂ ਲੋਕਾਂ ਨੇ ਫਿਰ ਦੁਬਾਰਾ ਲੈਟ ਸ਼ੇਅਰ ਮੀਲ ਕਰਨਾ ਹੈ, ਅਤੇ ਕਾਫੀ ਲੋਕ ਤਾਂ ਸਾਨੂੰ ਆਪਣੇ ਆਪ ਹੀ ਅਪਰੋਚ ਕਰ ਦਿੰਦੇ ਨੇ, ਅਤੇ ਬਾਕੀ ਜੋ ਅਸੀਂ ਜਿੱਦਾਂ ਉਹਨਾਂ ਨੇ ਅਪਰੋਚ ਕੀਤਾ, ਅਤੇ ਹਰ ਸਾਲ ਜਿੱਦਾਂ ਅਸੀਂ ਕਰਦੇ ਹਾਂ ਉੱਦਾਂ ਹੀ ਦੁਬਾਰਾ ਪੁੱਛਦੇ ਹਾਂ ਕਿੰਨੇ ਇਸ ਸਾਲ ਕਿੰਨੇ ਤੁਹਾਨੂੰ ਮੀਲਸ ਚਾਹੀਦੇ ਹੈਗੇ, ਕਿੰਨੇ ਲੋਕਾਂ ਨੂੰ ਸਰਵ ਕਰਨਾ ਹੈਗਾ, ਅਤੇ ਉਸੇ ਹਿਸਾਬ ਨਾਲ ਹਰ ਸਾਲ ਕਾਫੀ ਸਾਰੇ ਸਟੇਟ 'ਚ ਕਾਫੀ ਨਵੇਂ ਸ਼ੈਲਟਰਸ ਵੀ ਆਉਂਦੇ ਹੈ, ਅਤੇ ਹੁਣ ਕਿਉਂਕਿ ਸਾਡੇ ਨਾਲ ਵਾਲੰਟੀਅਰਸ ਵੀ ਬਹੁਤ ਜ਼ਿਆਦਾ ਵੱਧਦੇ ਜਾ ਰਹੇ, ਲਾਈਕ ਤੋ ਇਸ ਸਾਲ ਹੀ ਜਿੱਦਾਂ ਹੀ ਸਾਨੂੰ ਕਾਫੀ ਲੋਕ ਪ੍ਰਿੰਸਟਨ ਤੋਂ ਕਾਫੀਆਂ ਨੇ ਕਿਹਾ ਕਿ ਅਸੀਂ ਆ ਕੇ ਸਰਵ ਕਰਨਾ ਚਾਹੁੰਦੇ ਹਾਂ, ਅਤੇ ਉਹਨਾਂ ਨੂੰ ਆਪਣੇ ਆਪ ਹੀ ਪਤਾ ਵੀ ਹੈਗਾ ਕਿ ਇਹ ਸਾਰੇ ਸ਼ੈਲਟਰ ਮੇਰੇ ਘਰ ਦੇ ਕੋਲ ਹੈਗੇ,
ਤੇ ਕੀ ਮੈਂ ਇੱਥੇ ਆ ਕੇ ਸਰਵ ਕਰ ਸਕਦਾ ਹਾਂ, ਤੇ ਉਹਨਾਂ ਨੇ ਆਪਣੇ ਆਪ ਹੀ ਸਾਨੂੰ ਸ਼ੈਲਟਰ ਦੇ ਵੀ ਨਾਲ ਇਸ ਵਾਰੀ ਮੈਂ ਇਹ ਸਮਝਾਂਗਾ ਜਸਵਿੰਦਰ ਜੀ ਕਿ 550ਵੇਂ ਗੁਰਪੁਰਬ ਨੂੰ ਲੈ ਕੇ ਜਿਹੜਾ ਪਿਛਲਾ ਮਾਈਲਸਟੋਨ ਸੀ ਕੋਈ ਲਗਭਗ 13,500 ਲੋਕਾਂ ਦਾ, ਐਤਕੀ ਬੀਟ ਹੋਏਗਾ ਉਸਨੂੰ? ਹਾਂਜੀ ਹਾਂਜੀ, ਇਸ ਵਾਰੀ ਸਾਡਾ ਟਾਰਗੇਟ ਹੈਗਾ ਕਰੀਬ 15,000 ਪ੍ਰਾਣੀਆਂ ਨੂੰ ਅਸੀਂ ਲੰਗਰ ਛਕਾਉਣਾ ਹੈਗਾ। ਇਸ ਵਾਰੀ ਸਾਡੇ ਸ਼ੈਲਟਰ ਵੀ ਵੱਧ ਗਏ ਆ ਕਰੀਬ 80 ਸ਼ੈਲਟਰ, ਤਾਂ ਹੀ ਸਾਨੂੰ ਵਾਲੰਟੀਅਰਸ ਦੀ ਵੀ ਹੋਰ ਕਾਫੀ ਲੋੜ ਪਏਗੀ। ਰਾਈਟ, ਇੱਕ ਵੱਡੀ ਗੱਲ ਤਾਂ ਬਹੁਤ ਚੰਗੀ ਗੱਲ ਇਹ ਹੈ ਕਿ ਸਾਡੇ ਯੂਥ ਜਿਹੜੇ ਕਿਡਸ ਹੈਗੇ ਆ 17-18 ਸਾਲ ਦੇ ਮੁੰਡੇ ਜਿਹੜੇ ਹੁਣ ਹੁਣੇ ਕਾਲਜ 'ਚ ਗਏ ਆ, ਹਾਂਜੀ, ਉਹਨਾਂ ਨੇ ਬਹੁਤ ਚੰਗਾ ਸਪੋਰਟ ਦਿਖਾ ਕੇ ਆਪਣੀ ਆਪਣੀ ਯੂਨੀਵਰਸਿਟੀਆਂ ਦੇ ਵਿੱਚ, ਜਿਹਦੇ ਵਿੱਚ ਰਟਗਰ ਹੈਗਾ, ਸਵੀਡਨ ਹਾਲ ਹੈਗਾ, ਸਟੀਵਨ ਇੰਸਟੀਟਿਊਟ ਹੈਗਾ, ਤਾਂ ਬਾਕੀ ਜਿਹੜੇ ਜਰਸੀ ਸਿਟੀ ਦੇ ਮੈਜੋਰਿਟੀ ਆਫ ਦਾ ਸਕੂਲਸ ਹੈਗੇ ਆ, ਸਾਰਿਆਂ ਦੇ ਵਿੱਚ ਰੀਚ ਆਊਟ ਕਰਕੇ ਉੱਥੇ ਦੇ ਬੱਚਿਆਂ ਨੂੰ ਵਾਲੰਟੀਅਰਿੰਗ ਦੇ ਬਾਰੇ ਨਾ ਹੀ ਦੱਸਿਆ, ਲੱਛੇ ਮੀਲ ਦੇ ਬਾਰੇ ਦੱਸਿਆ, ਤਾਂ ਉੱਥੇ ਵੀ ਸਾਨੂੰ ਕਾਫੀ ਸਾਰੇ ਬੱਚਿਆਂ ਦੀ ਤਾਂ ਮਤਲਬ ਕਿ ਐਕਸਪੈਕਟੇਸ਼ਨ ਹੈਗੀ ਹੈ ਕਿ ਉਹ ਆ ਕੇ ਸਾਡੇ ਨਾਲ ਮਿਲ ਕੇ ਸੇਵਾ ਕਰਨਗੇ। ਮੈਂ ਖੁਦ ਬਕਾਇਦਾ ਤੌਰ ਦੇ ਉੱਤੇ ਗੁਜ਼ਾਰਿਸ਼ ਕਰਾਂਗਾ ਆਪਣੇ ਜਿੰਨੇ ਵੀ ਸਾਡੇ ਦਰਸ਼ਕ ਜਿਹੜੇ ਨੇ ਉਹ ਪ੍ਰੋਗਰਾਮ ਨੂੰ ਸੁਣ ਰਹੇ ਨੇ, ਆ ਜਿਹੜੇ ਟ੍ਰਾਈ ਸਟੇਟ ਦੇ ਵਿੱਚ ਨਿਊਯਾਰਕ ਔਰ ਨਿਊਜਰਜ਼ੀ ਦੇ ਵਿੱਚ ਜਿੱਥੇ ਹੈਗੇ ਨੇ, ਉਹ ਪੇਰੈਂਟਸ ਨੂੰ ਮੈਂ ਗੁਜ਼ਾਰਿਸ਼ ਕਰਾਂਗਾ ਕਿ ਖੁਦ ਆਪਣੇ ਬੱਚਿਆਂ ਨੂੰ ਉੱਥੇ ਲੈ ਕੇ ਜਾਓ ਔਰ ਉੱਥੇ ਦੇਖੋ ਜਾ ਕੇ, ਕਿਉਂਕਿ ਮੈਂ ਲਗਭਗ ਹਰ ਸਾਲ ਉਸ ਈਵੈਂਟ ਨੂੰ ਮੈਂ ਜੁਆਇਨ ਕਰਦਾ, ਮੈਂ ਖੁਦ ਜਾਣਾ ਜਦੋਂ ਉਸ ਈਵੈਂਟ ਦੀ ਸਟਾਰਟਿੰਗ ਹੁੰਦੀ ਹੈ, ਭਾਵੇਂ ਕਿ ਮੈਂ ਇੱਕ ਦਿਨ ਹੀ ਕਰਦਾ ਉੱਥੇ ਜਾ ਕੇ, ਇੱਕ ਦਿਨ ਹੀ ਜਾਣਾ, ਪਰ ਮੈਂ ਇੱਕ ਦਿਨ ਜਾ ਕੇ ਜਦੋਂ ਮੈਂ ਦੇਖਦਾ ਉੱਥੇ, ਮੇਰੇ ਧੁਰ ਅੰਦਰ ਤੱਕ ਇੱਕ ਗੱਲ ਜ਼ਰੂਰ ਜਾਪਦੀ ਹੈ ਕਿ ਇਸ ਚੀਜ਼ ਨੂੰ ਅੰਦਰਲੀ ਸ਼ਰਧਾ ਅਤੇ ਅੰਦਰਲਾ ਜਜ਼ਬਾ ਕਹਿੰਦੇ ਨੇ। ਕਿਸ ਢੰਗ ਦੇ ਨਾਲ ਸਫਾਈ ਦੇ ਢੰਗ ਦੇ ਨਾਲ, ਸਫਾਈ ਦੇਖਣ ਵਾਲੀ ਹੁੰਦੀ ਹੈ ਕਿ ਖਾਣਾ ਜਿਹੜਾ ਉਹ ਪੈਕ ਹੋ ਰਿਹਾ, ਕਿਸ ਢੰਗ ਦੇ ਨਾਲ ਬਾਹਰ ਗੱਡੀਆਂ ਦੀ ਲਾਈਨ ਲੱਗੀ ਹੋਈ ਹੈ, ਇੰਨੇ ਨੌਜਵਾਨ ਇਸ ਗੱਡੀ ਦੇ ਨਾਲ ਜਾਣਗੇ, ਇੰਨੇ ਬੰਦੇ ਇਸ ਗੱਡੀ ਨਾਲ ਜਾਣਗੇ, ਆਪ ਇੰਨੇ ਮਤਲਬ ਦਰਜਨਾਂ ਗੱਡੀਆਂ ਲਾਈਨ ਲੱਗੀਆਂ ਹੁੰਦੀਆਂ, ਫੂਡ ਉਹ ਬਕਾਇਦਾ ਤੌਰ 'ਤੇ ਲੱਦਦੀਆਂ ਨੇ, ਲੱਦ ਕੇ ਉਹ ਇੱਥੇ ਜਾ ਰਹੇ ਨੇ, ਉਹ ਇੱਥੇ ਜਾ ਰਹੇ ਨੇ, ਪ੍ਰੈਕਟੀਕਲੀ ਪੂਰੇ ਚਾਰਟ ਬਣ ਜਾਂਦੇ ਨੇ ਕਿ ਇਹ ਜਿਹੜੇ ਬੰਦੇ ਨੇ ਪਹਿਲੇ ਆਹ ਜਿਹੜੇ ਬੰਦੇ ਨੇ ਉਹਨਾਂ ਦਾ ਰੂਟ ਆਹ ਹੈਗਾ, ਉਹ ਵਾਪਸ ਆਉਣਗੇ ਇੱਥੋਂ ਇੱਥੇ ਜਾਣਗੇ। ਮਤਲਬ ਇੱਕ ਸਿਸਟਮ ਇੱਦਾਂ ਦਾ ਨੌਜਵਾਨਾਂ ਨੇ ਆਪ ਕ੍ਰੀਏਟ ਕਰ ਲਿਆ ਕਿ ਮੈਂ ਇੱਕ ਗੱਲ ਕਹਾਂਗਾ ਜ਼ਰੂਰ ਕਿ ਆਪਣੇ ਜਿਹੜੇ ਪੇਰੈਂਟਸ ਨੇ ਉਹ ਆਪਣੇ ਯੰਗ ਬੱਚਿਆਂ ਨੂੰ ਉੱਥੇ ਉਹਨਾਂ ਦੇ ਘੱਟੋ ਘੱਟ 550ਵਾਂ ਗੁਰਪੁਰਬ ਹੈ ਗੁਰੂ ਨਾਨਕ ਦੇਵ ਜੀ ਦਾ, ਇੱਕ ਦਿਨ ਆਪਣੇ ਹੱਥੀਂ, ਕਿਉਂਕਿ ਉਹਨਾਂ ਨੇ ਕਿਰਤ ਕਰਨ ਦਾ ਵੀ ਹੋਕਾ ਦਿੱਤਾ, ਉਹਨਾਂ ਨੇ ਵੰਡ ਛਕਣ ਦਾ ਵੀ ਹੋਕਾ ਦਿੱਤਾ, ਔਰ ਇੱਕੋ ਇੱਕ ਸਾਡੇ ਗੁਰੂ ਨੇ ਜਿਨ੍ਹਾਂ ਨੇ ਵੰਡ ਛਕਣ ਦਾ, ਕਿਰਤ ਕਰੋ ਦਾ ਦੁਨੀਆ ਭਰ ਦੇ ਵਿੱਚ ਕਿਸੇ ਮਹਾਨ ਫਿਲੋਸਫਰ ਨੇ ਸਭ ਤੋਂ ਪਹਿਲਾਂ ਹੋਕਾ ਦਿੱਤਾ, ਔਰ ਜਿਹੜਾ ਲੰਗਰਾਂ ਦੀ ਪ੍ਰਥਾ ਜਿਹੜੀ ਸੀ ਉਹ ਛੇੜੀ, ਔਰ ਉਸ ਚੀਜ਼ ਨੂੰ ਅੱਜ ਅਸੀਂ ਦੁਨੀਆ ਦੇ ਨੁੱਕਰ ਨੁੱਕਰ ਦੇ ਵਿੱਚ ਪਹੁੰਚ ਗਏ ਹਾਂ, ਔਰ ਕਿੱਥੇ ਕਿੱਥੇ ਪਹੁੰਚੇ ਹਾਂ, ਔਰ ਅਸੀਂ ਇਸ ਚੀਜ਼ ਨੂੰ ਹੋਰ ਅੱਗੇ ਲੈ ਕੇ ਜਾਈਏ, ਕਿਵੇਂ ਇਸ ਚੀਜ਼ ਨੂੰ ਹੋਰ ਅੱਗੇ ਲੈ ਕੇ ਜਾਣਾ, ਕਿਵੇਂ ਆਉਣ ਵਾਲੀਆਂ ਨਸਲਾਂ ਨੂੰ ਦੱਸਣਾ। ਇਹ ਨਹੀਂ ਕਿ ਉੱਥੇ 50-50 ਸਾਡੇ ਬੱਚੇ ਜਿਹੜੇ ਅੱਗੇ ਤੋਂ ਅੱਗੇ ਸਾਲ ਜੁੜੀ ਜਾਣ, ਪਰ ਮੈਂ ਸਮਝਾਂਗਾ ਕਿ ਇਸ ਸਾਲ ਆਪਣੇ ਨੌਜਵਾਨ ਬੱਚਿਆਂ ਨੂੰ ਉਸ ਖਾਸ ਓਕੇਜ਼ਨ ਵਾਸਤੇ, ਮੈਂ ਖੁਦ ਇਹ ਗੱਲ ਕਹਿੰਦਾ ਕਿ ਮੇਰੇ ਬੱਚੇ ਜਿਹੜੇ ਨੇ ਉਹਨਾਂ ਨੂੰ ਇਹ ਪਤਾ ਹੁੰਦਾ ਅਤੇ ਉਹ ਕਹਿੰਦੇ ਨੇ ਅੱਜ ਰਾਤ ਅਸੀਂ ਉੱਥੇ ਸੇਵਾ ਕਰਨ ਚੱਲੇ ਹਾਂ ਕਿਉਂਕਿ ਸਵੇਰ ਨੂੰ ਲੰਗਰ ਤਿਆਰ ਹੋਣੇ ਨੇ। ਮਤਲਬ ਇਸ ਤਰ੍ਹਾਂ ਦਾ ਜਜ਼ਬਾ ਹੁਣ ਤੋਂ ਬੱਚਿਆਂ 'ਚ ਪਾਈਏ ਕਿ ਅਸੀਂ ਘੱਟੋ ਘੱਟ 1 ਜਾਂ 2 ਦਿਨ 365 ਦਿਨਾਂ ਦੀ ਜ਼ਿੰਦਗੀ ਦੇ ਵਿੱਚੋਂ ਆਪਣੇ ਮੌਜ ਮਸਤੀ ਕੰਮ ਕਾਰ ਪੈਸਾ ਧੇਲਾ ਜੱਗ ਝਮੇਲੇ ਦੇ ਵਿੱਚੋਂ 2 ਦਿਨ ਜਿਹੜੇ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਡੈਡੀਕੇਟਡ ਹੋ ਕੇ ਘੱਟੋ ਘੱਟ ਜਿਹੜਾ ਹੈ ਉਹ ਜ਼ਰੂਰ ਕੱਢੀਏ, ਔਰ ਤੁਸੀਂ ਉੱਥੇ ਵਲੰਟੀਅਰ ਦੇ ਤੌਰ 'ਤੇ ਜਾਓ। ਜਸਵਿੰਦਰ ਜੀ, ਵਲੰਟੀਅਰ ਜਿਹੜੇ ਨੇ ਉਹਨਾਂ ਨੂੰ ਕੰਮ ਕਰਨ ਲਈ ਪਹਿਲਾਂ ਰਜਿਸਟਰਡ ਕਰਾਉਣਾ ਪੈਂਦਾ ਜੇ ਕੋਈ ਗੱਲ ਨਹੀਂ? ਓਪਨ ਹੈ, ਸਾਰੇ ਆ ਸਕਦੇ? ਓਪਨ ਹੈ ਜੀ, ਬਿਲਕੁਲ, ਲੇਕਿਨ ਅਗਰ ਰਜਿਸਟਰ ਪਹਿਲਾਂ ਕਰਕੇ ਆਉਣਗੇ ਤਾਂ ਸਾਨੂੰ ਥੋੜ੍ਹਾ ਮੈਨੇਜ ਕਰਨ 'ਚ ਆਸਾਨੀ ਹੋਏਗੀ, ਕਿ ਅਗਰ ਸਾਨੂੰ ਪਤਾ ਹੋਏਗਾ, ਅਗਰ ਜੋ ਵਲੰਟੀਅਰ ਨੂੰ ਕਿਸੇ ਸਾਰਿਆਂ ਨੂੰ ਆਪਣਾ ਅਲੱਗ ਅਲੱਗ ਕੰਮ ਕਰਨ ਦਾ ਸ਼ੌਕ ਹੁੰਦਾ ਹੈ ਅਤੇ ਕਿਸੇ ਨੂੰ ਅਗਰ ਜਾ ਕੇ ਡਿਲੀਵਰ ਕਰਨਾ ਹੈ ਫੂਡ, ਅਤੇ ਉਹ ਅਗਰ ਚਾਹੁੰਦਾ ਕਿ ਮੈਂ ਡਿਲੀਵਰੀ ਲਈ ਵਲੰਟੀਅਰ ਕਰਾਂ, ਤਾਂ ਸਾਨੂੰ ਪਹਿਲਾਂ ਪਤਾ ਹੋਏਗਾ ਕਿ ਅਗਰ ਤੁਹਾਨੂੰ ਅਗਰ ਜਾਣਾ ਹੈ ਇੱਥੇ, ਤਾਂ ਅਸੀਂ ਤੁਹਾਨੂੰ ਆਲਰੇਡੀ ਉਹ ਟਾਸਕ ਅਸਾਈਨ ਕਰ ਸਕਦੇ ਹਾਂ। ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਫੂਡ ਜ਼ਿਆਦਾ ਬਣਾਉਣ 'ਚ ਕਰ ਸਕਦੇ ਹੋ ਹੈਲਪ, ਤਾਂ ਤੁਸੀਂ ਅਗਰ ਤਾਂ ਕਈਆਂ ਦਾ ਸ਼ੌਕ ਹੁੰਦਾ ਕਿ ਮੈਂ ਫੂਡ ਨੂੰ ਬਣਾਵਾਂ, ਕੁਕ ਕਰਾਂ, ਠੀਕ ਹੈ ਕਿ ਨਹੀਂ ਜੀ? ਕਿਉਂਕਿ ਮੈਂ ਦੇਖਿਆ ਕਿ ਲਗਭਗ 300 ਬੀਬੀ ਅਤੇ ਬੱਚੇ ਫੂਡ ਬਣਾਉਣ ਲੱਗੇ ਹੁੰਦੇ ਨੇ, 300 ਮੈਂ ਆਪ ਮਤਲਬ ਕਾਊਂਟਿੰਗ ਕੀਤੀ ਹੈ, ਪੂਰੇ ਲੰਗਰ ਹਾਲ ਦੇ ਵਿੱਚ ਜਗ੍ਹਾ ਨਹੀਂ ਹੁੰਦੀ ਟੇਬਲਾਂ ਦੇ ਉੱਤੇ ਕਿ ਕਿੰਨੇ ਬੱਚੇ ਬੀਬੀਆਂ ਸਾਰੇ ਮਾਈ ਭਾਈ ਜਿਹੜੇ ਨੇ ਉਹ ਫੂਡ ਜਿਹੜਾ ਉਹ ਤਿਆਰ ਕਰਨ 'ਤੇ ਲੱਗੇ। ਹੁਣ ਤਾਂ ਮੇਰੇ ਖਿਆਲ ਉਹ ਟੀਮ ਏਡੀ ਵੱਡੀ ਬਣ ਗਈ ਕਿ ਉਹਨਾਂ ਨੂੰ ਪਤਾ ਹੈ, ਆਪਣੇ ਆਪ ਪਤਾ ਮੈਨੂੰ ਲੱਗਦਾ ਕਿ ਉਹਨਾਂ ਨੂੰ ਪਤਾ ਕਿ ਕੀ ਬਣਾਉਣਾ ਹੈ ਅਤੇ ਕਿਵੇਂ ਬਣਾਉਣਾ, ਕੋਈ ਦੱਸਣ ਦੀ ਜਿਹੜੀ ਹੈ ਉਹ ਜ਼ਰੂਰਤ ਜਿਹੜੀ ਹੈ ਉਹ ਨਹੀਂ ਪੈਂਦੀ। ਸੋ ਇਹ ਕੋਈ 17-18 ਤੁਸੀਂ ਕਹਿ ਦਿੱਤਾ ਹੈਗਾ 2 ਦਿਨ ਦਾ ਕੰਮ ਨਹੀਂ ਹੈ, ਇਹ ਕਿੰਨੇ ਦਿਨ ਪਹਿਲਾਂ ਕੰਮ ਸ਼ੁਰੂ ਹੋ ਜਾਂਦਾ ਔਰ ਕਿਸ ਢੰਗ ਦੇ ਨਾਲ ਇਹਨੂੰ ਮਤਲਬ ਸ਼ੁਰੂਆਤ ਕੀਤੀ ਜਾਂਦੀ ਹੈ? ਸਮਾਨ ਜਿਹੜਾ ਮਟੀਰੀਅਲ ਜਿਹੜਾ ਜਾਣਾ ਆ, ਕੋਈ 15,000 ਬੰਦੇ ਦਾ ਕੋਈ ਛੋਟੀ ਮੋਟੀ ਗੱਲ ਨਹੀਂ ਆ।
ਇਹ ਜਿਹੜਾ ਹੁਣ ਜਿਹੜਾ ਅਸੀਂ ਕਿਹਾ ਕਿ ਸਭ ਤੋਂ ਪਹਿਲਾਂ ਗੱਲ ਇਹ ਹੁੰਦੀ ਹੈ ਕਿ ਸ਼ੈਲਟਰਾਂ ਦੇ ਵਿੱਚ ਰੀਚ ਆਊਟ ਕੀਤਾ ਜਾਏ ਤਾਂ ਇਹ ਕੰਮ ਜਿਹੜਾ ਹੁੰਦਾ ਸਾਡਾ ਕਰੀਬ ਅਗਸਤ ਜੁਲਾਈ ਐਂਡ 'ਤੇ ਸ਼ੁਰੂ ਹੋ ਜਾਂਦਾ ਹੈਗਾ ਕੰਮ। ਤਾਂ ਉਹਦੇ ਬਾਅਦ ਮੇਨ ਹੁੰਦੀ ਹੈ ਕਿ ਗੱਲ ਕਿ ਕਿਸ ਤਰੀਕੇ ਨਾਲ ਅਸੀਂ ਲੰਗਰ ਪਹੁੰਚਾਈਏ। ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਫੈਕਟਰ ਜਿਹੜਾ ਹੈਗਾ ਸੀ ਇਹ 'ਚ ਹਮੇਸ਼ਾ ਮਤਲਬ ਕਿ ਜਿਹੜਾ ਸਾਡਾ ਕੋਰ ਹੈਗਾ ਉਹ ਇਹ ਕਿ ਅਸੀਂ ਲੰਗਰ ਵਾਰਮ ਪਹੁੰਚਾਉਣਾ ਹੈਗਾ। ਇਹ ਨਹੀਂ ਕਿ ਕੋਈ ਇਕੱਠਾ ਕਰ ਲਿਆ ਅਤੇ ਜਾ ਕੇ ਦੇ ਦਿੱਤਾ। ਇਹਦੇ ਵਿੱਚ ਆਪਣਾ ਹਾਰਟ ਫਰੈਸ਼ ਔਰ ਵਾਰਮ, ਹਾਂ ਵੈਰੀ ਗੁੱਡ ਵੈਰੀ ਗੁੱਡ। ਆਪਣੇ ਦਿਲ ਦੇ ਨਾਲ ਜਿਹੜਾ ਪ੍ਰਿਪੇਅਰ ਕੀਤੀ ਸੇਵਾ ਦੇ ਨਾਲ ਜਿਹੜਾ ਪ੍ਰਿਪੇਅਰ, ਇਹ ਨਹੀਂ ਕਿ ਸਾਰੀ ਰਾਤ ਪਹਿਲਾਂ ਲੰਗਰ ਸਟੋਰ ਕਰ ਲੈਣਾ ਬਣਾ ਕੇ ਅਤੇ ਸਵੇਰ ਨੂੰ ਠੰਡਾ ਲੰਗਰ ਜਿਹੜਾ ਹੈਗਾ ਉਹ ਮਤਲਬ ਤਾਂ ਉਹ ਇੱਕ ਚੀਜ਼ ਇਹ ਉਹ ਅਸੀਂ ਇਹ ਸੀਗਾ ਕਿ ਫਰੈਸ਼ ਫੂਡ ਲੈ ਕੇ ਜਾਣਾ ਤਾਂ ਗਰਮ ਹੋਏ ਜਿਹੜਾ ਚੰਗਾ ਲੱਗੇ ਖਾ ਕੇ ਲੋਕਾਂ ਨੂੰ। ਦੂਜੀ ਗੱਲ ਇਹ ਸੀਗੀ ਕਿ ਅਸੀਂ ਇਹ ਵੀ ਸਿੱਖਿਆ ਕਈ ਸਾਲਾਂ ਦੇ ਵਿੱਚ ਕਿ ਉਹਨਾਂ ਨੂੰ ਉਹ ਕਿਸ ਤਰੀਕੇ ਦਾ ਫੂਡ ਪਸੰਦ ਹੈਗਾ। ਅਤੇ ਜਦੋਂ ਅਸੀਂ ਕਹਿੰਦੇ ਨਾ ਵੋਲੰਟੀਅਰ 300 ਬੰਦੇ ਹੈਗੇ ਆ ਉੱਥੇ, 400 ਬੰਦੇ ਉੱਥੇ ਆ ਕੇ ਅਗਰ ਫੂਡ ਪ੍ਰਿਪਰੇਸ਼ਨ ਦਾ ਕੰਮ ਕਰਦੇ ਆ ਉਹਨਾਂ ਨੂੰ ਮਜ਼ਾ ਵੀ ਆਉਂਦਾ ਕਿਉਂਕਿ ਉਸ ਤਰੀਕੇ ਦੇ ਕੰਮ ਵੀ ਕਰਦੇ ਆ। ਜਿੱਦਾਂ ਬੁਰੀਟੋ ਬਣਾਉਣਾ ਬੱਚਿਆਂ ਨੂੰ ਬੜਾ ਪਸੰਦ ਆਉਂਦਾ, ਜਿੱਦਾਂ ਬੁਰੀਟੋ ਹੋ ਗਿਆ, ਸੈਂਡਵਿਚਿਸ, ਸਬਵੇ ਸੈਂਡਵਿਚਿਸ ਹੁੰਦੇ ਆ ਉਹ ਬਣਾਉਂਦੇ ਆ, ਪਾਸਤਾ ਪੈਕਿੰਗ ਵਗੈਰਾ ਦਾ ਕੰਮ ਹੁੰਦਾ ਆ, ਛੋਟੇ ਛੋਟੇ ਬੱਚੇ ਲੱਗੇ ਹੁੰਦੇ ਆ ਸਟਿੱਕਰਾਂ ਜਿਹੜੇ ਹੁੰਦੇ ਆ ਡੱਬੇ ਪੈਕ ਕਰਨ 'ਚ ਅਤੇ ਸਾਰੀ ਚੀਜ਼ਾਂ 'ਚ, ਉਹ ਦੇਖ ਕੇ ਜਿਹੜਾ ਮਤਲਬ ਕਿ ਤੁਹਾਨੂੰ ਲੱਗੇਗਾ ਕਿ ਹਾਂਜੀ ਸੇਵਾ ਦੇ ਨਾਲ ਜਿਹੜਾ ਲੰਗਰ ਬਣਿਆ ਤਿਆਰ ਹੋਇਆ ਉਹ ਕੋਈ ਛੱਕੇਗਾ ਵੀ ਤਾਂ ਉਹਦੀ ਵੀ ਮਤਲਬ ਕਿ ਤ੍ਰਿਪਤੀ ਹੁੰਦੀ ਹੈ ਬੰਦੇ ਦੀ ਮਨ ਨੂੰ। ਹਾਂ ਰਾਈਟ 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 ਰਾਈਟ। ਅਤੇ ਇਸ ਕੰਮ ਵਾਸਤੇ ਕਿੰਨੀਆਂ ਕੁ ਗੱਡੀਆਂ ਹੁੰਦੀਆਂ ਨੇ ਜਸਵਿੰਦਰ ਜੀ, ਤੁਸੀਂ ਵੀ ਦੱਸੋ, ਗੱਡੀਆਂ ਜਿਹੜੀਆਂ ਡਿਲੀਵਰ ਕਰਨ ਵਾਲੀਆਂ ਨੇ ਉਹਨਾਂ ਨੂੰ, ਜਿੱਦਾਂ ਹੁਣ ਮੈਂ ਸਮਝਦਾ ਕਿ ਇਸ ਵਾਰੀ 80 ਸ਼ੈਲਟਰ ਹੈ, ਇੱਕੋ ਟਾਈਮ ਦੇ ਉੱਤੇ 80 ਸ਼ੈਲਟਰ ਨੂੰ ਰੀਚ ਨਹੀਂ ਕੀਤਾ ਜਾਂਦਾ, ਉਹਨਾਂ ਦੇ ਫੂਡ ਡਿਵਾਈਡ ਕੀਤੇ ਜਾਂਦੇ ਨੇ, ਮਤਲਬ ਇੱਕ ਦਿਨ ਦੇ 40 ਸ਼ੈਲਟਰ ਹੈ, 40 ਸ਼ੈਲਟਰਾਂ ਦੇ ਫੂਡ ਕਿਵੇਂ ਡਿਵਾਈਡ ਕਰਦੇ ਹੋ ਕਿ ਸਵੇਰੇ ਕਿੱਥੇ ਆ ਦੁਪਹਿਰੇ ਕਿੱਥੇ ਆ? ਮਤਲਬ ਰਾਤ ਦਾ ਫੂਡ ਨਹੀਂ ਦਿੱਤਾ ਜਾਂਦਾ, ਸਵੇਰ ਅਤੇ ਦੁਪਹਿਰ ਦਾ ਦਿੱਤਾ ਜਾਂਦਾ? ਹਾਂਜੀ, ਇਹ ਵੀ ਬਹੁਤ ਵੱਡੀ ਇੱਕ ਮੈਨੇਜਮੈਂਟ ਐਕਸਰਸਾਈਜ਼ ਹੁੰਦੀ ਹੈ ਕਿ ਸਾਰਿਆਂ ਨੂੰ ਲਾਈਨ ਅਪ ਕਰਨਾ ਕਿ ਕਿਹੜਾ ਸ਼ੈਲਟਰ ਪਹਿਲਾਂ ਸਰਵ ਕਰਨਾ ਹੈ, ਅਤੇ ਇਹ ਸਾਰਾ ਕੁਝ ਸਾਡੇ ਵੋਲੰਟੀਅਰਸ, ਕਾਫੀ ਸਾਰੇ ਪ੍ਰੋਜੈਕਟ ਮੈਨੇਜਰਸ ਵੀ ਹੈਗੇ, ਅਤੇ ਸਾਰਾ ਅਸੀਂ ਸਾਰਾ ਇੱਕ ਪੇਪਰ 'ਤੇ ਲਿਖ ਕੇ ਅਤੇ ਸਾਰਾ ਕੁਝ ਰੱਖ ਕੇ ਕਿ ਸਾਰਾ ਇੱਕ ਗੈਂਟ ਚਾਰਟ ਬਣਾਉਂਦੇ ਹਾਂ ਕਿ ਕਿੱਥੇ ਕਿਹੜਾ ਕਿਸ ਟਾਈਮ ਜਾਣਾ ਸ਼ੁਰੂ ਹੁੰਦਾ ਹੈ, ਅਤੇ ਉਸ ਹਿਸਾਬ ਨਾਲ ਬੈਕ ਟਰੈਕ ਕਰਕੇ ਕਿ 2 ਘੰਟੇ ਪਹਿਲਾਂ ਸਾਨੂੰ ਉੱਥੋਂ ਡਿਪੈਂਡ ਕਰਦਾ ਕਿੰਨੇ, ਕਈ ਅਸੀਂ ਇੱਥੇ ਬਰੁਕਲਿਨ ਆਉਂਦੇ ਹਾਂ, ਕਈ ਅਸੀਂ ਕੁਈਨਸ ਡਿਲੀਵਰ ਕਰਦੇ ਹਾਂ, ਅਤੇ ਡਿਪੈਂਡ ਓਨ ਸਟੈਟਨ ਆਈਲੈਂਡ ਤੱਕ ਵੀ ਜਾਂਦੇ ਹਾਂ। ਸਟੈਟਨ ਆਈਲੈਂਡ ਟਾਈਮ ਨੂੰ ਫੈਕਟਰ ਇਨ ਕਰਕੇ ਕਿ ਕਿੰਨਾ ਕਦੋਂ ਡਿਸਪੈਚ ਹੋਣਾ ਚਾਹੀਦਾ, ਉਹ ਸਾਰਾ ਕਰਕੇ ਉਹ ਟਾਈਮ ਲਾਈਨ ਲਾ ਕੇ ਸ਼ੁਰੂ ਕਰ। ਮਤਲਬ ਜੇ ਇਸ ਤਰ੍ਹਾਂ ਦਾ ਡਾਟਾ ਸਿਸਟਮ ਦੇ ਵਿੱਚ ਸਾਰਾ ਕੁਝ ਕਲੈਕਟ ਕਰਕੇ ਜਸਵਿੰਦਰ ਜੀ ਨਾਂ ਲਿਖਿਆ ਹੋਵੇ ਅਤੇ ਮੈਂ ਸਮਝਾਂਗਾ ਕਿ ਉਹ ਚੇਤਾ ਵੀ ਉਹਨਾਂ ਨੂੰ ਤਾਂ ਕਿਹਾ ਸੀ ਅਸੀਂ 9 ਵਜੇ ਪਹੁੰਚਣਾ ਅਤੇ 2 ਘੰਟੇ ਉੱਥੇ ਲੇਟ ਪਹੁੰਚੋ, ਫਿਰ ਉਹ ਤਾਂ ਗੱਲ ਦਾ ਕੋਈ ਵੀ ਮਜ਼ਾ ਨਹੀਂ ਆਉਂਦਾ ਨਾ ਇਸ ਗੱਲ ਦਾ, ਠੀਕ ਹੈ ਕਿ ਨਹੀਂ? ਕਿਉਂਕਿ ਉਹ ਟੀਮਾਂ ਜਿਹੜੀਆਂ ਉਹ ਜਿੰਨੇ ਟਾਈਮ ਦੇ ਉੱਤੇ ਮੇਰੇ ਖਿਆਲ ਡਿਸਪੈਚ ਵਾਂਗੂ ਨਿਕਲਣੀ ਹੈ ਅਤੇ ਉਹ ਟੀਮ ਨਿਕਲਣੀ ਹੀ ਹੈ। ਸੋ ਮੈਂ ਇਹ ਸਮਝਾਂਗਾ ਕਿ ਕਿਸ ਢੰਗ ਦਾ ਜਿਹੜਾ ਹੈ ਉੱਥੇ ਲੰਗਰ ਡਿਸਟ੍ਰੀਬਿਊਟ ਕੀਤਾ। ਮੈਨੂੰ ਪਤਾ ਕਿ ਇੱਥੇ ਦਾਲ ਫੁਲਕਾ ਤਾਂ ਨਹੀਂ ਡਿਲੀਵਰ ਕੀਤਾ ਜਾਂਦਾ, ਪੈਕਿੰਗ ਫੂਡ ਹੁੰਦੀ ਹੈ, ਕਿਸ ਕਿਸ ਢੰਗ ਦਾ, ਕਿੰਨੇ ਪ੍ਰਕਾਰ ਦਾ ਫੂਡ ਖਾਸ ਤੌਰ 'ਤੇ? ਜਨਰਲੀ ਅਸੀਂ ਇੱਦਾਂ ਦਾ ਫੂਡ ਹੁਣ ਜਿੱਦਾਂ ਇੰਨੇ ਸਾਲਾਂ ਦੇ ਵਿੱਚ ਸਮਝਿਆ ਹੈਗਾ ਕਿ ਅਸੀਂ ਉਸ ਤਰੀਕੇ ਦਾ ਫੂਡ ਬਣਾਈਏ ਜਿਹੜਾ ਈਜ਼ੀਲੀ ਹੈਂਡ ਆਊਟ ਕੀਤਾ ਜਾ ਸਕੇ ਤਾਂ ਆਸਾਨੀ ਨਾਲ ਖਾਇਆ ਵੀ ਜਾ ਸਕੇ ਤਾਂ ਜਿਹੜੇ ਦੀ ਮਾਸ ਅਪੀਲ ਵੀ ਹੋਵੇ। ਤਾਂ ਇੱਕ ਤਾਂ ਇੰਪੋਰਟੈਂਟ ਗੱਲ ਇਹ ਹੈਗੀ ਹੈ ਕਿ ਵੈਜੀਟੇਰੀਅਨ ਫੂਡ ਹੈਗਾ ਤਾਂ ਵੀ ਹੈਵ ਟੂ ਮੇਕ ਇਟ ਮੋਰ ਇੰਟਰਸਟਿੰਗ ਫੋਰ ਦੈਮ ਟੂ ਈਟ। ਤਾਂ ਇਸ ਵਾਸਤੇ ਅਸੀਂ ਜਿੱਦਾਂ ਵੈਜੀ ਬੁਰੀਟੋਜ਼ ਹੁੰਦੇ ਹੈਗੇ ਆ, ਸੈਂਡਵਿਚਿਸ ਹੁੰਦੇ ਆ ਜਿਹੜੇ ਸਬਵੇ ਸੈਂਡਵਿਚਿਸ ਜਿਹਦੇ ਵਿੱਚ ਚੀਜ਼ ਸਲਾਈਸਿਸ ਵਗੈਰਾ ਪਾ ਕੇ ਜਿਹੜੇ ਬਣਾਉਂਦੇ ਆ, ਪਾਸਤਾ ਹੁੰਦਾ ਆ, ਮੈਕਰੋਨੀ ਸੈਲਡ, ਸੈਲਡ ਜਿਹੜੀ ਚੀਜ਼ ਹੁੰਦੀ ਆ ਜੀ, ਫਲ ਫਰੂਟ ਦਾ ਸਮਾਨ ਦਾ ਸੋਡਾ, ਅਸੀਂ ਸਵੇਰੇ ਨਾਸ਼ਤਾ ਵੀ ਡਿਲੀਵਰ ਕਰਦੇ ਉਹਦੇ ਵਾਸਤੇ ਓਟ ਮੀਲਸ ਵਗੈਰਾ ਤਾਂ ਜੂਸਿਸ। ਨਹੀਂ, ਜਿਸ ਜਗ੍ਹਾ 'ਤੇ ਨਾਸ਼ਤਾ ਡਿਲੀਵਰ ਕੀਤਾ ਉੱਥੇ ਫਿਰ ਦੂਜਾ ਫੂਡ ਨਹੀਂ ਡਿਲੀਵਰ ਕਰਦਾ? ਉਹ ਫਿਰ ਸਵੇਰੇ ਉਹ ਜਿਹੜੇ ਸ਼ੈਲਟਰਸ ਹੈਗੇ ਆ ਉਹ ਸਪੈਸੀਫਿਕਲੀ ਮੋਰਨਿੰਗ ਦਾ ਹੀ ਮਤਲਬ ਕਿ ਕੇਟਰ ਕਰਦੇ ਆ। ਠੀਕ ਹੈ, ਅਤੇ ਫਿਰ ਮੋਰਨਿੰਗ ਤੋਂ ਬਾਅਦ ਦੁਪਹਿਰ ਦਾ ਵੀ ਖਾਣਾ? ਹਾਂਜੀ, ਸਵੇਰੇ ਹੁਣ ਇਸ ਵਾਰੀ ਜਿਹੜਾ ਹੈਗਾ 17th-18th ਨੂੰ ਮੋਰਨਿੰਗ ਸਵੇਰੇ 7 ਵਜੇ ਸਾਡੇ ਜਿਹੜੇ ਬ੍ਰੇਕਫਾਸਟ ਹੈਗੇ ਆ ਉਹ ਤੋਂ ਪਹਿਲਾਂ ਪਹਿਲਾਂ ਡਿਲੀਵਰੀ ਚੱਲ ਜਾਣੀ ਹੈ। 17-18 ਠੀਕ ਹੈ, ਤਾਂ ਸਵੇਰੇ ਉਹ ਚੱਲ ਜਾਣੀ, ਉਹਦੇ ਬਾਅਦ ਤੋਂ ਫਿਰ ਲੰਗਰ ਦਾ ਕੰਮ ਸ਼ੁਰੂ ਹੋ ਜਾਂਦਾ ਜੋ ਕਰੀਬ ਕਰੀਬ ਸ਼ਾਮੀ 6:30 ਤੱਕ ਮਤਲਬ ਕਿ ਡਿਲੀਵਰੀਆਂ ਚੱਲਦੀ ਰਹਿੰਦੀਆਂ ਹੈਗੀਆਂ। ਫੁੱਲ ਡੇ ਡਿਲੀਵਰੀ ਚੱਲਦੀ ਹੈ, ਫਿਰ ਦੂਜੇ ਦਿਨ ਵਾਸਤੇ ਪ੍ਰਪਰੇਸ਼ਨ ਜਿਹੜੀ ਹੈ ਮਤਲਬ ਗੱਲ ਕਰਨੀ ਹੈ। ਅਤੇ ਇੱਕ ਮੈਂ ਤੁਹਾਨੂੰ ਮਤਲਬ ਇੱਕ ਮੈਂ ਸੁਝਾਅ ਦੇਣਾ ਚਾਹਾਂਗਾ, ਮੇਰਾ ਖਿਆਲ ਹੈ ਕਿ ਤੁਸੀਂ ਇਹ ਸਾਰੀ ਔਰਗੇਨਾਈਜੇਸ਼ਨ ਦੇ ਸਾਹਮਣੇ ਰੱਖੋ, ਕਿਉਂਕਿ 17-18 ਹਾਲੇ ਕੁਛ ਦਿਨ ਬਾਕੀ ਨੇ। ਇਸ ਵਾਰ ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ ਹੈ, ਜੇਕਰ ਅਸੀਂ ਜੇ ਇਸ ਜਗ੍ਹਾ ਦੇ ਉੱਤੇ 100 ਮਤਲਬ ਮੀਲ ਜਿਹੜਾ ਹੈਗਾ ਉਹ ਡਿਲੀਵਰ ਕਰਦੇ ਹਾਂ ਔਰ ਇੱਕ ਛੋਟਾ ਜਿਹੜਾ ਹੈਗਾ ਫੋਲਡ ਕੀਤਾ ਹੋਇਆ,
ਗੁਰੂ ਨਾਨਕ ਦੇਵ ਜੀ ਦੀ ਲਾਈਫ ਬਾਰੇ ਜਾਂ ਸਿੱਖਇਜ਼ਮ ਬਾਰੇ ਇੱਕ ਛੋਟਾ ਅੰਗਰੇਜ਼ੀ ਦੇ ਵਿੱਚ ਪੈਂਫਲੇਟ ਜਿਹੜਾ ਉਹ ਲੰਗਰ ਦੇ ਨਾਲ ਐਤਕੀ ਡਿਲੀਵਰ ਕੀਤਾ ਜਾਵੇ ਤਾਂ ਮੈਂ ਸਮਝਾਂਗਾ ਕਿ ਜਿਹੜਾ ਬੰਦਾ ਲੰਗਰ ਛਕੇਗਾ ਉਸ ਤੋਂ ਬਾਅਦ ਉਹ ਗੁਰੂ ਨਾਨਕ ਦੇਵ ਜੀ ਬਾਰੇ ਘੱਟੋ ਘੱਟ ਜਿਹੜਾ ਉਹ ਫੋਲਡ ਕੀਤਾ ਹੋਇਆ ਪੈਂਫਲੇਟ ਦਾ ਪੇਜ ਹੈ ਬੁੱਕਲੇਟ ਵਾਂਗੂ ਛੋਟਾ ਉਹਨੂੰ ਵੀ ਪੜ੍ਹੇਗਾ ਰਾਈਟ ਅਤੇ ਮੈਂ ਸਮਝਾਂਗਾ ਕਿ ਇਹ ਇੱਕ ਹੋਰ ਜਾਣਕਾਰੀ ਨਹੀਂ ਹੋਏਗੀ ਕਿ 15,000 ਬੰਦੇ ਨੂੰ ਘੱਟੋ ਘੱਟ ਇੱਕ ਐਜੂਕੇਟ ਵੀ ਕੀਤਾ ਗਿਆ ਕਿਉਂਕਿ ਇਸ ਗੱਲ ਮੇਰੇ ਹੁਣੇ ਬੈਠੇ ਬੈਠੇ ਦੇ ਆਈਡੀਆ ਜਿਹੜਾ ਮਨ 'ਚ ਆਇਆ ਮੈਂ ਓਂਕਾਰ ਸਿੰਘ ਹੋਰਾਂ ਨਾਲ ਵੀ ਕਰਾਂਗਾ ਪਰ ਤੁਸੀਂ ਪੂਰੀ ਟੀਮ ਦੇ ਵਿੱਚ ਇਹਨੂੰ ਫੈਲਾਉਣ ਦਾ ਕੰਮ ਤੁਸੀਂ ਕਰਨਾ। ਮੈਂ ਤਾਂ ਇਹ ਦੱਸਣ ਦੀ ਕੋਸ਼ਿਸ਼ ਕਰੂੰਗਾ ਕਿ ਅਸੀਂ ਇਸ ਤਰ੍ਹਾਂ ਦੇ ਪੈਂਫਲੇਟ ਹੈਗੇ ਜਿਹਦੇ ਵਿੱਚ ਗੁਰੂ ਸਾਹਿਬ ਦੇ ਸੱਚੇ ਸੌਦੇ ਦੇ ਬਾਰੇ ਦੱਸਿਆ ਗਿਆ ਹੈਗਾ ਰਾਈਟ ਤਾਂ ਇਹਦਾ ਮੈਂ ਤੁਹਾਨੂੰ ਇੱਕ ਜਿਹੜਾ ਇੱਕ ਐਡਿਡ ਬੈਨੀਫਿਟ ਜਿਹੜੇ ਹੈਗਾ ਉਹ ਦੱਸਦਾ ਹੈਗਾ ਕਿ ਕਈ ਵਾਰੀ ਜਿਹੜੇ ਸ਼ੈਲਟਰ ਸੀਗੇ ਜਿੱਥੇ ਇੱਥੇ ਅਸੀਂ ਇਵਾਸ ਕਿਚਨ ਜਾਂਦੇ ਹੈਗੇ ਨਿਊ ਜਰਸੀ ਦੇ ਵਿੱਚੋਂ ਕਾਫੀ ਸਾਲਾਂ ਤੋਂ ਅਸੀਂ ਉੱਥੇ ਜਾ ਰਹੇ ਹਾਂ ਤਾਂ ਹੁਣ ਕਦੀ ਵੀ ਉਹਨਾਂ ਨੂੰ ਲੋੜ ਪੈਂਦੀ ਹੈ ਤਾਂ ਉਹ ਸਾਨੂੰ ਦੱਸ ਦਿੰਦੇ ਮਤਲਬ ਹੁਣ ਤਾਂ ਇੱਕ ਵਾਰੀ ਨਹੀਂ ਹੁੰਦਾ ਹੈਗਾ ਲੈਟ ਸ਼ੇਅਰ ਦਾ ਮੀਲ ਅਜੇ ਪਿੱਛੇ ਜੇ ਥੋੜ੍ਹਾ 2 ਮਹੀਨੇ ਹੋਏ ਲੈਟ ਸ਼ੇਅਰ ਦਾ ਮੀਲ ਉੱਥੇ ਫਿਰ ਭਾਵੇਂ ਛੋਟਾ ਸੀ ਉਹ ਕਰਵਾ ਕੇ ਹਟੇ ਨੇ ਹਾਂਜੀ ਹਾਂਜੀ ਸਰ ਜ਼ਰੂਰਤ ਅਨੁਸਾਰ ਵੀ ਕਰਵਾ ਦਿੰਦੇ ਇੱਕ ਪਹਿਲੀ ਗੱਲ ਤਾਂ ਇਹ ਕਿ ਜਿੱਦਾਂ ਹੁਣ ਅਸੀਂ ਸ਼ੈਲਟਰ 'ਚ ਜਾਂਦੇ ਹਾਂ ਹੁਣ ਲੋਕ ਸਾਨੂੰ ਪਛਾਣਦੇ ਆ ਪਹਿਲਾਂ ਅਸੀਂ ਕਈ ਵਾਰ ਜਾਂਦੇ ਸੀਗੇ ਸਾਨੂੰ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਕਿਸ ਤਰੀਕੇ ਨਾਲ ਗ੍ਰੀਟ ਕਰਨਾ ਹੈਗਾ ਹੁਣ ਉਹਨਾਂ ਨੂੰ ਪਤਾ ਆ ਸਤਿ ਸ਼੍ਰੀ ਅਕਾਲ ਕਹਿਣੀ ਹੁੰਦੀ ਆ ਕਿ ਅਸੀਂ ਹੈਗੇ ਆ ਤਾਂ ਇਹ ਜਿਹੜੀ ਚੀਜ਼ਾਂ ਹੈਗੀਆਂ ਜਿਹੜੀ ਪੈਂਪਲੇਟ ਦੇ ਨਾਲ ਤੁਸੀਂ ਉੱਥੇ ਜਾ ਕੇ ਬਹੁਤ ਜ਼ਿਆਦਾ ਉੱਥੇ ਕੋਈ ਸਰਮਨ ਨਹੀਂ ਲੋਕਾਂ ਨੂੰ ਨਹੀਂ ਦੱਸਣਾ ਨੇ ਕੀ ਹੈਗਾ ਕੀ ਨਹੀਂ ਰਾਈਟ 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 ਬੰਦੇ ਦੀ ਆਪਣੀ ਇੱਛਾ ਹੁੰਦੀ ਆ ਕਿਊਰੋਸਿਟੀ ਹੁੰਦੀ ਆ ਉਹਦੇ ਉੱਤੇ ਉਹ ਪੜ੍ਹ ਲੈਂਦਾ ਹੈਗਾ ਤੁਹਾਨੂੰ ਪਤਾ ਲੱਗ ਜਾਂਦਾ ਹੈਗਾ ਉਸ ਤਰੀਕੇ ਦੀ ਗੱਲ ਬਹੁਤ ਹੋਈ ਆ ਸਾਡੇ ਨਾਲ ਤਾਂ ਹੁਣ ਕਈ ਸ਼ੈਲਟਰਾਂ ਦੇ ਵਿੱਚ ਉਹ ਆਪ ਹੀ ਸਾਨੂੰ ਪਛਾਣ ਲੈਂਦੇ ਆ ਆਪੇ ਹੀ ਮਤਲਬ ਕਿ ਰਾਈਟ ਮਤਲਬ ਮੈਂ ਕਹਿੰਦਾ ਉਹਨਾਂ ਲੋਕਾਂ ਨੂੰ ਪਤਾ ਹੋਵੇਗਾ ਕਿ ਕਿਹੜੀ ਕੌਮ ਹੈ ਇਸ ਕੌਮ ਦਾ ਮੁੱਢ 550 ਸਾਲ ਵੱਜਿਆ ਮਤਲਬ ਅਤੇ ਉਹ ਇੱਕ ਬਹੁਤ ਵੱਡਾ ਬੈਨੀਫਿਟ ਜਿਹੜਾ ਹੈ ਉਹ ਮੈਂ ਜਸਟ ਐਡ ਕਰਨਾ ਚਾਹਾਂਗਾ ਜੀ ਜੀ ਹਰ ਸ਼ੈਲਟਰ 'ਚ ਜਿੱਥੇ ਵੀ ਡਿਲੀਵਰ ਹੁੰਦਾ ਅਸੀਂ ਇੱਕ ਗੁੜੀ ਬੈਗ ਛੋਟਾ ਜਿਹਾ ਦਿੰਦੇ ਉਹਨਾਂ ਦੇ ਨਾਲ ਉਹਦੇ 'ਚ ਇਹ ਸਾਰੇ ਸ਼ੈਲਟਰ ਇਹ ਪੈਂਪਲੇਟ ਵਗੈਰਾ ਪਾ ਕੇ ਦਿੰਦੇ ਆ ਠੀਕ ਹੈ ਤੁਹਾਡਾ ਸੁਝਾਵ ਅਗਰ ਕਿ ਅਗਰ ਹਰ ਮੀਲ ਦੇ ਨਾਲ ਅਸੀਂ ਉਹ ਨਹੀਂ ਕਦੇ ਕੀਤਾ ਕਿਉਂਕਿ ਕਈ ਵਾਰੀ ਬੇਅਦਬੀ ਵੀ ਹੁੰਦੀ ਹੈ ਲੋਕ ਲੈ ਕੇ ਉਹਨੂੰ ਕਿਉਂਕਿ ਸਾਰਿਆਂ ਨੂੰ ਪਤਾ ਨਹੀਂ ਹੈ ਕਿ ਜੋ ਸ਼ੈਲਟਰ ਬੈਠੇ ਉਹਨਾਂ ਨੂੰ ਰੋਟੀ ਖਾਣੀ ਹੈ ਬਸ ਉਹ ਕਈ ਲੋਕ ਬਿਲਕੁਲ ਪੜ੍ਹਦੇ ਨਹੀਂ ਹੈ ਲੇਕਿਨ ਜੋ ਉੱਥੇ ਜੋ ਵਾਲੰਟੀਅਰਸ ਹੈਗੇ ਜੋ ਡਿਲੀਵਰ ਕਰਦੇ ਆ ਉਹਨਾਂ ਨੂੰ ਅਸੀਂ ਹਮੇਸ਼ਾ ਭੇਜਦੇ ਹੈਗੇ ਠੀਕ ਹੈ ਉਹ ਮਤਲਬ ਉਹਨਾਂ ਨੂੰ ਲਿਟਰੇਚਰ ਇਸ ਤਰ੍ਹਾਂ ਦਾ ਭੇਜਦੇ ਆ ਇਹ ਇੱਕ ਬਹੁਤ ਵੱਡਾ ਉਪਰਾਲਾ ਅਤੇ ਮੈਂ ਜਸਵਿੰਦਰ ਜੀ ਪੁੱਛਣਾ ਚਾਹਾਂਗਾ ਕਿ ਨਿਊਜਰਸੀ ਤੋਂ ਸ਼ੁਰੂ ਹੋਇਆ ਇਹ ਕਾਫਲਾ ਹੁਣ ਹੋਰ ਕਿਹੜੀਆਂ ਥਾਵਾਂ ਦੇ ਉੱਤੇ ਵੱਧ ਗਿਆ ਕਿਉਂਕਿ ਹੁਣ ਇੱਕ ਜਗ੍ਹਾ 'ਤੇ ਨਹੀਂ ਲਿਆ ਰਿਹਾ ਲੈਟ ਸ਼ੇਅਰ ਦੀ ਮੀਲ ਮਤਲਬ ਈਵਨ ਟੈਲ ਕਿ ਮੈਨੂੰ ਇਹ ਗੱਲ ਦਾ ਪਤਾ ਲੱਗਿਆ ਸੀ ਓਂਕਾਰ ਸਿੰਘ ਹੋਣਾ ਵੱਲੋਂ ਕਿ ਇਹ ਲੈਟ ਸ਼ੇਅਰ ਮੀਲ ਜਿਹੜਾ ਹੁਣ ਨਿਊ ਦਿੱਲੀ ਦੇ ਵਿੱਚ ਵੀ ਕਰਵਾਇਆ ਜਾਂਦਾ ਔਰ ਬੰਬੇ 'ਚ ਵੀ ਕਰਵਾਇਆ ਜਾਂਦਾ ਤਾਂ ਹੁਣ ਜਿੱਦਾਂ ਪਹਿਲਾਂ ਤਾਂ US ਦੀ ਗੱਲ ਕਰੀਏ ਰਾਈਟ ਤਾਂ ਸਾਡੇ ਇੱਥੇ ਵੱਖ ਵੱਖ ਜਗ੍ਹਾ 'ਚ ਜਿਹੜਾ ਸ਼ਹਿਰਾਂ ਦੇ ਮੈਂ ਨਾਂ ਕਵਾਂ ਤਾਂ ਰਿਵਰ ਸਾਈਡ ਕੈਲੀਫੋਰਨੀਆ ਦੇ ਵਿੱਚ ਹੈਗੇ ਆ ਦੋ ਗੁਰਦੁਆਰੇ ਦੇ ਸੰਗਤ ਮਿਲ ਕੇ ਉੱਥੇ ਲੰਗਰ ਪਾਣੀ ਛਕਾਉਂਦੇ ਹੈਗੇ ਆ ਡਿਊਰਿੰਗ ਦ ਸੇਮ ਡੇਜ਼ ਜੀ ਫਿਰ ਬੋਸਟਨ ਦੇ ਵਿੱਚ ਸਾਡਾ ਮਤਲਬ ਕਿ ਦੋ ਗੁਰਦੁਆਰੇ ਹੈਗੇ ਆ ਫਿਰ ਗੁਰਦੁਆਰਾ ਤਾਂ ਓਕੇ ਰਿਵਰ ਸਾਈਡ ਕੈਲੀਫੋਰਨੀਆ ਬੋਸਟਨ ਹਾਂਜੀ ਤਾਂ ਉਹਨੂੰ ਛੱਡ ਕੇ ਇੰਡੀਆਨਾਪੋਲਿਸ ਇੰਡੀਆਨਾ ਦੇ ਵਿੱਚ ਐਟਲਾਂਟਾ ਜੋਰਜੀਆ ਦੇ ਵਿੱਚ ਤਾਂ ਫਿਲੇਡੈਲਫੀਆ ਦੇ ਵਿੱਚ US ਦੇ ਵਿੱਚ ਇਸ ਸਾਲ ਹੋਣ ਵਾਲਾ ਹੈ ਇਹਨੂੰ ਛੱਡ ਕੇ ਇੰਡੀਆ ਦੇ ਵਿੱਚ ਦਿੱਲੀ ਚੰਡੀਗੜ੍ਹ ਤੋਂ ਬੋਂਬੇ ਦੇ ਵਿੱਚ ਹੈਗਾ UK ਲੰਡਨ ਦੇ ਵਿੱਚ ਹੈਗਾ ਤਾਂ ਮੈਲਬੋਰਨ ਆਸਟ੍ਰੇਲੀਆ ਦੇ ਵਿੱਚ ਵੀ ਕੁਝ ਸਿੰਘ ਹੈਗੇ ਜਿਨ੍ਹਾਂ ਨੇ ਆਪੇ ਉਪਰਾਲਾ ਚੱਕ ਕੇ ਆਪਣੇ 7 ਸਾਲਾਂ ਦੇ ਸਫ਼ਰ ਦੇ ਵਿੱਚ ਮੈਂ ਸਮਝਾਂਗਾ ਕਿ ਐਡਾ ਕੰਮ ਕਰ ਜਾਣਾ ਜਾਂ ਐਡੀ ਅਪਰੋਚ ਕਰ ਲੈਣੀ ਉਹ ਇੱਕ ਬਹੁਤ ਮਤਲਬ ਵੱਡੀ ਜਿਹੜੀ ਉਹ ਗੱਲ ਹੁੰਦੀ ਹੈ ਇਹ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਮਤਲਬ ਇੰਨੇ ਸਾਲਾਂ ਤੋਂ ਜੁੜੇ ਹੋਏ ਹੋ ਜਦੋਂ ਨੌਜਵਾਨ ਯੰਗ ਵਲੰਟੀਅਰ ਆਉਂਦੇ ਨੇ ਉਹਨਾਂ ਦੀ ਇਲਤਾਂ ਕਰਨ ਦੀ ਉਮਰ ਹੁੰਦੀ ਹੈ ਪਰ ਮੈਂ ਉੱਥੇ ਦੇਖਿਆ ਕਿ ਉਹ ਚੁੱਪ ਕਰਕੇ ਕੰਮ ਨੂੰ ਲੱਗੇ ਹੁੰਦੇ ਨੇ ਉੱਥੇ ਦਾ ਮਾਹੌਲ ਤੁਹਾਡੇ ਮਤਲਬ ਗੁਰੂ ਘਰ ਦਾ ਮਾਹੌਲ ਜਿਹੜਾ ਉਹ ਇੱਕ ਵੱਖਰੀ ਕਿਸਮ ਦਾ ਮਾਹੌਲ ਹੈ ਮਤਲਬ ਇੱਕ ਤਾਂ ਹੈ ਕਿ ਉੱਥੇ ਕੋਈ ਭੇਦਭਾਵ ਨਹੀਂ ਹੈ ਕੌਣ ਸਿੰਧੀ ਹੈ ਕੌਣ ਹਿੰਦੂ ਹੈ ਕੌਣ ਕੁਛ ਹੈ ਕੌਣ ਕੀ ਹੈ ਸਮੂਥਲੀ ਚੱਲਦਾ ਹੈਗਾ ਸਟੂਡੈਂਟ ਸਭ ਤੋਂ ਇੱਕ ਬੈਨੀਫਿਟ ਵਾਲੀ ਗੱਲ ਹੈਗੀ ਹੈ ਕਿ ਸਟੂਡੈਂਟ ਬਹੁਤ ਆਉਂਦੇ ਨੇ ਉੱਥੇ ਔਰ ਜਿਹੜੇ ਸਟੂਡੈਂਟ ਉੱਥੇ ਵੈਸੇ ਰੈਗੂਲਰ ਲੰਗਰ ਛਕਦੇ ਨੇ ਕਈ ਵਾਰੀ ਮੈਂ ਕਈ ਗੁਰੂਗ੍ਰਹਿਆਂ ਦੇ ਵਿੱਚ ਕਿਹਾ ਲੰਗਰ ਲੈ ਕੇ ਨਾ ਜਾਓ ਮੈਂ ਇੱਕੋ ਇੱਕ ਗੁਰੂ ਘਰ ਦੇਖਿਆ ਕਿ ਉਹ ਸਟੂਡੈਂਟਸ ਨੂੰ ਇਹ ਕਹਿੰਦੇ ਨੇ ਤੁਸੀਂ ਕਾਕਾ ਲੰਗਰ ਲੈ ਜਾਓ ਰਾਈਟ ਮਤਲਬ ਇੱਕੋ ਘਰ ਲੰਗਰ ਲੈ ਜਾਓ ਤੁਸੀਂ ਮਤਲਬ ਉਹਨਾਂ ਨੂੰ ਪਤਾ ਕਿ ਇਹਨਾਂ ਦੀਆਂ ਮੁਸ਼ਕਲਾਂ ਹੁੰਦੀਆਂ ਨੇ ਬਣਾਉਣ ਦੀਆਂ ਵੀ ਮਤਲਬ ਐਵਰੀ ਡੇ ਉਹ ਕਹਿੰਦੇ ਨੇ ਲੰਗਰ ਲੈ ਜਾਓ ਅਤੇ ਜਦੋਂ ਫਿਰ ਉੱਥੇ ਸੇਵਾ ਕਰਨ ਦੀ ਗੱਲ ਆਉਂਦੀ ਇਹ ਸਟੂਡੈਂਟ ਵੱਡੇ ਪੱਧਰ ਦੇ ਉੱਤੇ ਉਮੜਦੇ ਨੇ ਉਹਦਾ ਕੀ ਬੈਨੀਫਿਟ ਤੁਹਾਨੂੰ ਲੱਗਿਆ ਬਿਲਕੁਲ ਸਹੀ ਕਿਹਾ ਤੁਸੀਂ ਜਿੱਦਾਂ ਤੁਸੀਂ ਸਟੂਡੈਂਟਸ ਦੀ ਗੱਲ ਕੀਤੀ ਰਾਈਟ ਜਰਸੀ ਸਿਟੀ 'ਚ ਕਾਫੀ 2-4 ਵੱਡੇ ਕਾਲਜਿਸ ਹੈਗੇ ਕਾਫੀ ਇੰਡੀਅਨ ਸਟੂਡੈਂਟਸ ਉੱਥੇ ਆਉਂਦੇ ਅਤੇ ਪਹਿਲਾਂ ਤਾਂ ਉਹ
ਲੰਗਰ ਛਕ ਨਹੀਂ ਆਉਂਦੇ ਜਦੋਂ ਪਹਿਲਾਂ ਕੋਈ ਪਹਿਲੀ ਵਾਰ ਆਉਂਦਾ ਤੇ, ਬਟ ਜਦੋਂ ਉਹ ਦੇਖਦੇ ਕਿ ਇੱਥੇ ਆ ਕੇ ਇੰਨਾ ਸਾਰਿਆਂ ਦੇ ਸਾਰੇ ਲੋਕ ਓਪਨਲੀ ਆ ਕੇ ਵਰਤਾਉਂਦੇ ਅਤੇ ਇੱਥੇ ਕਹਿੰਦੇ ਲੈ ਕੇ ਜਾਓ ਤੁਸੀਂ ਲੰਗਰ, ਅਤੇ ਫਿਰ ਉਹ ਜੁੜ ਜਾਂਦਾ ਸਾਰਿਆਂ ਦੇ ਨਾਲ, ਰਾਈਟ? ਫਿਰ ਇੱਕ ਵਾਰੀ ਬੰਦਾ ਜੁੜਦਾ ਅਤੇ ਫਿਰ ਉਹਦੇ ਨਾਲ ਵੀ ਹੋਰ ਵੀ ਉਹਦੇ ਫਰੈਂਡਸ ਜਾਂ ਜੋ ਵੀ ਉਹਨਾਂ ਦਾ ਸਰਕਲ ਹੈ ਉਹ ਜੁੜਦਾ, ਫਿਰ ਅਸੀਂ ਸਾਡੇ ਗੁਰਦੁਆਰੇ ਸਾਹਿਬ ਸਾਰੇ ਲੋਕ ਕੋਸ਼ਿਸ਼ ਕਰਦੇ ਉਹਨਾਂ ਨੂੰ ਜੋੜੀਏ ਨਾਲ, ਕੇਵਲ ਇਹ ਨਹੀਂ ਕਿ ਲੰਗਰ ਦਾ ਹੈਗਾ, ਹੋਰ ਵੀ ਕੋਈ ਕੰਮ ਆਉਂਦੇ ਹੁੰਦੇ ਤਾਂ ਲੋਕ ਉਹਨਾਂ ਨੂੰ ਜੋੜ ਕੇ ਅਤੇ ਉਹਨਾਂ ਨੂੰ ਓਨਰਸ਼ਿਪ ਦਿੰਦੇ ਕੰਮ ਦੀ, ਅਤੇ ਉਹ ਫੀਲ ਕਰਦੇ ਕਿ ਦੇ ਆਰ ਦਾ ਪਾਰਟ ਆਫ ਦ ਗਰੁੱਪ, ਦੇ ਆਰ ਦ ਕੋਰ ਪਾਰਟ ਆਫ ਦੀ ਫੈਮਿਲੀ, ਦੈਨ ਇੱਕ ਵਾਰੀ ਜਦੋਂ ਉਹ ਸ਼ੁਰੂ ਹੋ ਜਾਂਦਾ ਤਾਂ ਫਿਰ ਤਾਂ ਚੇਨ ਵੱਧਦੀ ਰਹਿੰਦੀ ਹੈ, ਉਹ ਚੇਨ ਜਿਹੜੀ ਉਹ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਜਿਹੜੀ ਹੈ, ਅਤੇ ਸਾਡੇ ਅੱਜ ਦੇ ਟਾਈਮ ਕਾਫੀ ਸਾਰੇ ਜੋ ਕਿ ਲੋਕਾਂ ਨੇ ਓਨਰਸ਼ਿਪ ਲੈ ਰੱਖੀ ਹੈ ਉਹ ਸਾਰੇ ਇੱਥੋਂ ਸਟੂਡੈਂਟਸ ਹੀ ਸੀਗੇ ਅਤੇ ਨੋਨ ਸਿੱਖ ਸਟੂਡੈਂਟਸ ਸੀਗੇ, ਅਤੇ ਅੱਜ ਉਹਨਾਂ ਨੇ ਪਰ ਉਹ ਨਾਲ ਜੁੜਦੇ ਨੇ, ਨਾਲ ਜੁੜਦੇ ਗਏ, ਓਨਰਸ਼ਿਪ ਲਈ ਹੋਈ ਹੈ, ਡਿਸਪੈਚ ਪੂਰੀ ਲਈ ਹੋਈ ਹੈ, ਕਾਫੀ ਸਾਰੀ ਚੀਜ਼ਾਂ ਜੋ ਉਹ ਓਨ ਕਰਦੇ, ਮਾਰਕੀਟਿੰਗ ਜੋ ਹੋ ਗਈ। ਅੱਛਾ, ਵੱਡੇ ਪੱਧਰ 'ਤੇ ਜਸਵਿੰਦਰ ਆਈ ਟੀ ਦੇ ਲੋਕ ਬਹੁਤ ਹੁੰਦੇ ਨੇ ਉੱਥੇ, ਮਤਲਬ ਇਹਦਾ ਕੀ ਰੀਜ਼ਨ ਹੈ? ਮੈਂ ਸਮਝਾਂਗਾ ਕਿ ਸਟੂਡੈਂਟ ਹੀ ਆਏ ਉੱਥੋਂ ਹੀ ਆਈ ਟੀ ਦੇ ਇੰਜੀਨੀਅਰ ਬਣੇ, ਮਤਲਬ ਕੰਪਿਊਟਰ ਇੰਜੀਨੀਅਰ ਬਣੇ, ਹੁਣ ਉੱਥੇ ਨਾਲ ਪੱਕੇ ਜੁੜ ਗਏ ਨੇ। ਜੈਸੇ ਸਿਟੀ ਟ੍ਰਾਂਜ਼ਿਟ ਸਿਟੀ ਹੈਗਾ, ਰਾਈਟ? ਜਿਹੜਾ ਬੰਦਾ ਆਉਂਦਾ ਇਸ ਪਾਸੇ ਨੂੰ ਉਹ ਆ ਕੇ ਉੱਥੇ ਹੀ ਰਹਿੰਦਾ ਪਹਿਲਾਂ, ਜਿਵੇਂ ਨਿਊਯਾਰਕ 'ਚ ਵੀ ਨੌਕਰੀ ਕਰਨੀ ਆ, ਇਨੀਸ਼ੀਅਲ ਕੋਈ ਸ਼ਾਰਟ ਟਰਮ ਵੀਜ਼ਾ 'ਚ ਜਾਂਦਾ, ਕੋਈ ਲੌਂਗ ਟਰਮ ਵੀਜ਼ਾ 'ਚ ਜਾਂਦਾ, ਪਹਿਲਾਂ ਇਨੀਸ਼ੀਅਲ ਕਰੀਅਰ ਜਿੰਨੀ ਸਟਾਰਟ ਕਰਨਾ, ਮੋਸਟਲੀ H1 ਵਾਲੇ ਵੀ ਉੱਥੇ ਬੈਠੇ ਨੇ, ਉੱਥੇ ਬੈਠੇ ਆ। ਤਾਂ ਉਹ ਕੀ ਹੁੰਦਾ, ਉਹ ਜਿਹੜੇ ਹੁੰਦੇ ਨਾ ਫਸਟ ਟਾਈਮ ਜਦੋਂ ਇੰਡੀਆ ਛੱਡ ਕੇ ਆਉਂਦੇ ਆ, ਲੋਨਲੀ ਬੜਾ ਫੀਲ ਕਰਦੇ, ਤਾਂ ਜਦੋਂ ਗੁਰਦੁਆਰੇ ਦਾ ਇਨਵਾਇਰਮੈਂਟ ਇਸ ਤਰੀਕੇ ਦਾ ਮਿਲੇ ਨਾ ਕਿ ਬੰਦਾ ਹੱਥ ਫੜ ਕੇ ਲੈ ਜਾਵੇ ਵੀ ਚੱਲ ਆ ਜਾਣੀ, ਹਾਂ, ਤਾਂ ਉਹ ਫਿਰ ਕਹਿੰਦਾ ਕਿ ਉਹ ਜਿਹੜੀ ਅਟੈਚਮੈਂਟ ਹੁੰਦੀ ਹੈ ਨਾ, ਇਸੇ ਤਰੀਕੇ ਨਾਲ ਸਾਡੇ ਪੂਰੇ ਗੁਰਦੁਆਰੇ ਦੇ ਵਿੱਚ, ਮੈਂ ਤੁਹਾਨੂੰ ਪਤਾ ਹੀ ਹੋਏਗਾ, ਲੇਕਿਨ ਜਦੋਂ ਗੁਰਦੁਆਰਾ ਸਾਹਿਬ ਸ਼ੁਰੂ ਹੋਇਆ ਸੀਗਾ 2008 'ਚ 9 'ਚ, ਅਸੀਂ ਸੰਡੇ ਦੇ ਵਿੱਚ ਮੇਰੇ ਖਿਆਲ 200 ਬੰਦਿਆਂ ਤੋਂ ਜ਼ਿਆਦਾ ਕੋਈ ਸੰਗਤ ਨਹੀਂ ਆਉਂਦੀ ਸੀ। ਅੱਜ ਦੇ ਸਮੇਂ 'ਚ ਉਹਦੇ ਵਿੱਚ ਕਰੀਬ 1,500-2,000 ਬੰਦਾ ਸੰਡੇ ਨੂੰ ਆ ਕੇ ਆਉਂਦੇ ਜਾਂਦੇ ਲੰਗਰ ਛੱਕ ਕੇ ਚੱਲ ਜਾਂਦਾ। ਰਾਈਟ ਦੈਟ ਇਜ਼ ਬਿਕੋਜ਼ ਕਿ ਉਹ ਪਿਆਰ ਜਿਹੜਾ ਹੈਗਾ, ਤਾਂ ਸਾਰੀ ਸੇਵਾ ਵੀ ਕਰੀ ਜਾਂਦੀ ਹੈ, ਸਾਰੀ ਸੇਵਾ ਵੀ ਕਰੀ ਜਾਂਦੀ ਹੈ ਨਾਲ। ਕਈ ਵਾਰੀ ਇੱਦਾਂ ਦਾ ਹੋ ਜਾਂਦਾ ਕਿ ਸਾਨੂੰ ਹੱਥ ਲਾਉਣ ਦਾ ਮੌਕਾ ਨਹੀਂ ਮਿਲਦਾ ਕਿ ਮੈਨੂੰ ਤਾਂ ਇਸ ਤਰ੍ਹਾਂ ਦੀ ਵੀ ਓਕੇਜ਼ਨ ਯਾਦ ਨੇ ਉੱਥੇ ਕਿ ਕੋਈ ਬੰਦਾ ਆ ਕੇ ਐਡਵਾਈਸ ਕਰਦਾ ਜੀ ਤੁਸੀਂ ਇੱਦਾਂ ਨਹੀਂ ਇੱਦਾਂ ਕਰੋ, ਅਤੇ ਉੱਥੇ ਫਿਰ ਭਾਈ ਓਮਕਾਰ ਸਿੰਘ ਵਰਗੇ ਕਹਿੰਦੇ ਬਿਲਕੁਲ ਤੁਸੀਂ ਸਹੀ ਕਹਿ ਰਹੇ, ਆ ਲਓ ਇਹ ਕੰਮ ਤੁਸੀਂ ਸ਼ੁਰੂ ਕਰੋ, ਇਹ ਕੰਮ ਤੁਸੀਂ ਸ਼ੁਰੂ ਕਰੋ, ਮਤਲਬ ਇਹ ਕਿ ਕਿਸੇ ਦੀ ਦਿੱਤੀ ਹੋਈ ਐਡਵਾਈਸ ਜਿਹੜੀ ਉਹ ਅਸੀਂ ਨਹੀਂ ਮੰਨੀ। ਜਸਵਿੰਦਰ ਜੀ, ਅਖੀਰ ਦੇ ਵਿੱਚ ਨੌਜਵਾਨ ਭੈਣ ਭਰਾਵਾਂ ਨੂੰ ਔਰ ਪੇਰੈਂਟਸ ਨੂੰ ਕੀ ਰਿਕੁਐਸਟ ਕਰਨੀ ਚਾਹੋਗੇ? ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿੱਦਾਂ ਤੁਸੀਂ ਲਾਸਟ ਈਅਰ ਪਿਛਲੇ ਕੁਛ ਸਾਲਾਂ ਤੋਂ ਆ ਕੇ ਜੁੜ ਰਹੇ ਹੋ ਸਾਡੇ ਨਾਲ, ਅਤੇ ਇਹ ਜੋ ਛੋਟਾ ਜਿਹਾ ਉਪਰਾਲਾ ਸੀ ਅੱਜ ਦੀ ਤਾਰੀਖ 'ਚ ਬਹੁਤ ਵੱਡਾ ਹੋ ਚੁੱਕਿਆ ਹੈ, ਇਹ ਸਾਡਾ ਸਾਰਾ ਕੁਝ ਤੁਹਾਡੀ ਵੋਲੰਟੀਅਰਨੈਸ ਅਤੇ ਪੂਰਾ ਤੁਹਾਡਾ ਜੋ ਵੀ ਤੁਸੀਂ ਹੈਲਪ ਕੀਤੀ ਹੈ ਉਹਦੇ ਨਾਲ ਹੀ ਹੈਗਾ, ਅਤੇ ਇਸੇ ਤਰ੍ਹਾਂ ਆਓ ਇਸ ਸਾਲ ਵੀ, ਲਾਈਕ ਭਾਅ ਜੀ ਹੋਰਾਂ ਨੇ ਕਿਹਾ ਕਿ ਇਸ ਸਾਲ 550 ਹੈਗਾ ਸਾਲ, ਅਤੇ ਹੁਣ ਅਸੀਂ ਹੋਰ ਵੱਡੇ ਤੌਰ 'ਤੇ ਕਰਨਾ ਚਾਹ ਰਹੇ ਹਾਂ, ਅਤੇ ਕੇਵਲ ਅੱਗੇ ਹੋਰ ਅੱਗੇ ਸਾਲਾਂ 'ਚ ਅਸੀਂ ਕੇਵਲ ਇਹ ਮੀਲਸ ਤੱਕ ਰਿਸਟ੍ਰਿਕਟ ਨਹੀਂ ਰੱਖਾਂਗੇ, ਸਾਡੇ ਹੋਰ ਵੀ ਪਲਾਨਸ ਹੈਗੇ ਅੱਗੇ ਜਾਣ 'ਚ, ਅਤੇ ਤੁਸੀਂ ਆਓ ਨਾਲ ਸਾਡੇ ਬੈਠੋ ਅਤੇ ਕੰਮ ਕਰੋ ਅਤੇ ਓਨਰਸ਼ਿਪ ਲਾਓ, ਅਤੇ ਅਸੀਂ ਹੋਰ ਵੀ ਅੱਗੇ। ਭਾਅ ਜੀ ਜਸਵਿੰਦਰ ਜੀ, ਤੁਸੀਂ ਵੀ ਕੀ ਕਹਿਣਾ ਚਾਹੋਗੇ ਅਖੀਰ 'ਚ? ਬੇਨਤੀ ਕਰੋਗੇ 17 ਅਤੇ 18 ਤਰੀਕ ਨੂੰ, ਮੈਂ ਕਹਾਂਗਾ 16 ਦੀ ਰਾਤ ਨੂੰ ਹੀ ਪਹਿਲਾਂ ਤਾਂ ਸੇਵਾ ਕਰਵਾਉਣ ਜ਼ਰੂਰ ਆਓ ਨਾਲ। ਬਿਲਕੁਲ, 16 ਤਰੀਕ ਨੂੰ ਹੀ ਕਾਫੀ ਸਾਰਾ ਲੰਗਰ ਦੀ ਪ੍ਰਿਪਰੇਸ਼ਨ ਸ਼ੁਰੂ ਹੋ ਜਾਂਦੀ ਹੈ, ਰਾਈਟ, ਕਟਿੰਗ ਸ਼ੋਪਿੰਗ ਵਗੈਰਾ ਦਾ ਕੰਮ ਹੁੰਦਾ ਹੈਗਾ, ਉਹ ਤੋਂ ਪਹਿਲਾਂ ਐਕਚੁਲੀ ਪੂਰੇ ਵੀਕ 'ਚ ਪਹਿਲਾਂ ਕੰਮ ਸ਼ੁਰੂ ਹੋ ਜਾਂਦਾ, ਲੇਕਿਨ ਜਨਰਲੀ ਲਾਰਜਰ ਸੰਗਤ ਅਸੀਂ ਸਾਰੇ ਵਾਸਤੇ ਆਈ ਥਿੰਕ ਫਰਾਈਡੇ ਈਵਨਿੰਗ 'ਚ ਸਾਰਾ ਕੰਮ ਸ਼ੁਰੂ ਹੋ ਜਾਣਾ, ਪੂਰੇ ਰਾਤ ਸੇਵਾ ਚੱਲਣੀ ਆ, ਤਾਂ ਉਹਦੇ ਬਾਅਦ ਸੈਟਰਡੇ ਸੰਡੇ ਪੂਰੇ 48 ਆਵਰਸ ਜਿਹੜੇ ਹੈਗੇ ਆ, ਇੱਕ ਤਰੀਕੇ ਨਾਲ ਤੁਸੀਂ ਕਹਿ ਲਓ ਕਿ ਰੇਲ ਬਣੀ ਹੁੰਦੀ ਹੈ ਬਸ। ਕਿਆ ਬਾਤ। ਦੋਸਤੋ, ਜਸ ਪੰਜਾਬੀ ਪਿਛਲੇ 7 ਸਾਲਾਂ ਤੋਂ ਲੈਟਸ ਸ਼ੇਅਰ ਮੀਲ ਦੇ ਨਾਲ ਜੁੜਿਆ ਹੋਇਆ, ਹਰ ਇਹ ਜਿਹੜੇ ਪ੍ਰੋਗਰਾਮ ਨੇ ਇਸ ਤਰ੍ਹਾਂ ਅਸੀਂ ਇੱਕ ਹੋਕਾ ਦਿੰਦੇ ਹਾਂ ਕਿ ਇੱਕ ਬਹੁਤ ਵੱਡਾ ਉਪਰਾਲਾ ਹੈ। ਜਸ ਪੰਜਾਬੀ ਜਿਹੜਾ ਹੈ ਉਹ ਜਰਜੀ ਸਿਟੀ ਗੁਰਦੁਆਰੇ ਦੇ ਨਾਲ ਮੁੱਢ ਕਦੀਮ ਤੋਂ ਪਹਿਲੇ ਦਿਨ ਤੋਂ ਜੁੜਿਆ ਹੋਇਆ। ਅੱਜ ਇੱਕ ਜਰਜੀ ਸਿਟੀ ਦਾ ਗੁਰਦੁਆਰਾ ਜਿਸ ਜਗ੍ਹਾ ਤੋਂ ਮੈਂ ਸਮਝਾਂਗਾ ਕਿ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੂੰ ਦੁਨੀਆ ਭਰ ਦੇ ਵਿੱਚ ਜਸਬੰਦ ਦੇ ਉੱਤੇ ਹਰ ਸ਼ਾਮ ਲਾਈਵ ਕੀਰਤਨ ਦੇ ਰਾਹੀਂ ਜਿਹੜਾ ਹੈ ਉਹ ਦਿਖਾਇਆ ਜਾਂਦਾ, ਔਰ ਮੈਂ ਸਮਝਾਂਗਾ ਕਿ ਇਸ ਵਾਰ ਜਿਹੜਾ ਹੈ ਅਸੀਂ ਉਸ ਨੂੰ ਵੱਡੇ ਪੱਧਰ ਦੇ ਉੱਤੇ ਕਵਰ ਕਰਾਂਗੇ, ਔਰ ਇਸ ਵਾਰ ਸਾਨੂੰ ਇੱਕ ਹੋਰ ਵੱਡਾ ਬੈਨੀਫਿਟ ਕੀ ਮਿਲ ਰਿਹਾ ਕਿ ਜਸ ਪੰਜਾਬੀ ਉੱਥੇ ਦੀ ਉਸ ਰਿਪੋਰਟ ਅਤੇ ਉਸ ਖੂਬਸੂਰਤੀ ਨੂੰ ਹੁਣ ਅਮਰੀਕਾ ਕੈਨੇਡਾ ਵਿੱਚ ਨਹੀਂ ਸਗੋਂ ਪੂਰੇ ਯੂਰਪ, UK, ਨਿਊਜ਼ੀਲੈਂਡ, ਆਸਟ੍ਰੇਲੀਆ, ਦੁਬਈ ਔਰ ਇੰਡੀਆ
ਦੇ ਵਿੱਚ ਖਾਸ ਤੌਰ ਦੇ ਉੱਤੇ ਜੀਓ ਦੇ ਉੱਤੇ ਜਿੱਥੇ ਜਸ ਪੰਜਾਬੀ ਚੱਲਦਾ ਦੁਨੀਆ ਭਰ ਦੇ ਵਿੱਚ ਉਸ ਰੋਸ਼ਨੀ ਨੂੰ ਦਿਖਾਏਗਾ ਔਰ ਉਸ ਦੇ ਨਾਲ ਹੋਰ ਇਸ ਦੀ ਰੋਸ਼ਨੀ ਜਿਹੜੀ ਆ ਬਹੁਤ ਵੱਡੇ ਪੱਧਰ ਦੇ ਉੱਤੇ ਵਧੇਗੀ। ਤੁਹਾਡਾ ਆਪਣਾ ਮੀਡੀਆ, ਥੈਂਕ ਯੂ ਜਸਵਿੰਦਰ ਜੀ, ਬਹੁਤ ਜਸਵਿੰਦਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਅਗਲਾ ਇੱਕ ਪ੍ਰੋਗਰਾਮ ਜਿਹੜਾ ਅਸੀਂ ਹੋਰ ਵਧੇਰੇ ਜਾਣਕਾਰੀ ਦੇਣ ਵਾਸਤੇ ਬਕਾਇਦਾ ਤੌਰ ਦੇ ਉੱਤੇ ਜਿਹੜਾ ਹੈ ਉਹ ਭਾਈ ਓਂਕਾਰ ਸਿੰਘ ਉਹਨਾਂ ਨੂੰ ਵੀ ਨਾਲ ਲੈ ਕੇ ਇਸ ਫਰਾਈਡੇ ਜਿਹੜਾ ਉਹ 7 ਵਜੇ ਜ਼ਰੂਰ ਕਰਾਂਗੇ ਲਾਈਵ। ਔਰ ਅੱਜ ਇੱਥੇ ਹੀ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।